पंकज बंदन पग पंकज बंदन सिमरो अंगद दोख निकंदन अमरदास गुर हृदय ध्यानु हृदय ध्यानु श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह विशाला तरों धरा पर पुन पुन सीसा पुन पुन सीसा बंदों बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकार सतगुरु तेह प्रसाद सच होए वाहे गुरु जी की फतेह विघ्न विनाशन सोए तन तन सतगुरु गरीब नवाज दीन दुनिया दे मालक चवर छतर तखत दे मालक समरथ गुरु प्रतख गुरु दीन दयाल कृपाल अंतरजामी पूर्ण पार ब्रह्म परमेश्वर सतगुरु गरीब नवाज दासां दी गरीबां दी सेवकां दी सिखां दी सदा इज्जत रखण वाले पत रखण वाले दया करन वाले रहमतां करन वाले तन तन सतगुरु गरीब नवाज सच्चे पातशाह तन तन सतगुरु श्री गुरु ग्रंथ साहिब जी महाराज तन तन श्री गुरु ग्रंथ साहिब जी महाराज बड़े ही प्यार दे नाल सारी सिख संगत दोवें हाथ जोड़ के गज के आखो जी तन तन श्री गुरु ग्रंथ साहिब जी महाराज तन तन श्री गुरु ग्रंथ साहिब जी महाराज सतगुरु जी की पवित्र पावन हाजरी विखे सुभाए मन साध संगत जी आप जी सिख संगत बड़े ही प्यार दे नाल सतगुरु जी की पवित्र पावन हाजरी विच सज के गुरबाणी जी का रस भिन्ना कीर्तन गुरु सवारियां पासों सरवण कर रहे सीगे
ਲੜੀਵਾਰ ਕਥਾ ਆਪਾਂ ਹਰ ਰੋਜ਼ ਹੀ ਜਗਤ ਗੁਰੂ ਸਮਰੱਥ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਰਵਣ ਕਰਦੇ ਹਾਂ। ਜਿੱਥੇ ਆਪਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਅੱਜ ਸਰਵਣ ਕਰਨੀ ਹੈ, ਉੱਥੇ ਸਾਧ ਸੰਗਤ ਜੀ ਬਾਬਾ ਏ ਕੌਮ ਕਹਿਣੀ ਅਤੇ ਕਥਨੀ ਦੇ ਪੂਰੇ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਵਾਜੇ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਦਾ ਅੱਜ ਕੌਮ ਜਨਮਦਿਨ ਵੀ ਮਨਾ ਰਹੀ ਹੈ। ਮਹਾਂਪੁਰਖਾਂ ਜੈਸਾ ਯੋਧਾ ਸਾਧ ਸੰਗਤ ਜੀ ਕਈ ਸਦੀਆਂ ਬਾਅਦ ਹੀ ਕੌਮਾਂ ਦੇ ਵਿੱਚ ਐਸੇ ਯੋਧੇ ਜਿਹੜੇ ਹਨ ਉਹ ਪੈਦਾ ਹੁੰਦੇ ਹੈ, ਜਨਮ ਲੈਂਦੇ ਹਨ। ਸੋ ਉਹਨਾਂ ਮਹਾਂਪੁਰਖਾਂ ਦੇ ਜਨਮ ਦੇਣ ਦੀ ਵੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਮਹਾਂਪੁਰਖਾਂ ਦਾ ਅੱਜ ਜਿਤਨਾ ਪ੍ਰਤਾਪ ਹੈ ਸਿੱਖ ਪੰਥ ਦੇ ਵਿੱਚ ਸਾਧ ਸੰਗਤ ਜੀ, ਇਹ ਪ੍ਰਤਾਪ ਜਿਹੜਾ ਹੈ ਹੋਰ ਦੂਣਾ ਚਾਉਣਾ ਸਤਿਗੁਰੂ ਜੀ ਦੀ ਕਿਰਪਾ ਨਾਲ ਦਿਨੋ ਦਿਨ ਵੱਧਦਾ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਐਸੀ ਕਿਰਪਾ ਕਰਨ, ਬਖਸ਼ਿਸ਼ ਕਰਨ। ਆਓ ਪਿਆਰ ਨਾਲ ਸਾਰੀ ਸੰਗਤ ਗੱਡ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਆਪ ਜੀ ਨੇ ਇੱਥੋਂ ਤੱਕ ਸਰਵਣ ਕੀਤੀ। ਮਹਾਰਾਜ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ, ਸਾਧ ਸੰਗਤ ਜੀ ਬਟਾਲੇ ਤੋਂ ਅੱਗੇ ਅਜੀਤੇ ਰੰਧਾਵੇ ਦੇ ਖੂਹ ਤੋਂ ਅੱਗੇ ਜਾ ਕੇ ਇੱਕ ਨਗਰ ਦੇ ਵਿੱਚ ਬੈਠੇ ਹੈ। ਉਹਨਾਂ ਦਿਨਾਂ ਵਿੱਚ ਗੁਰੂ ਜੀ ਦਾ ਜਸ ਸਿਫਤਾਂ, ਗੁਰੂ ਜੀ ਦੀ ਵਡਿਆਈ ਬਹੁਤ ਜ਼ਿਆਦਾ ਵਧੀ। ਲਾਹੌਰ ਦੇ ਵਿੱਚ ਕਰੋੜਪਤੀ ਇੱਕ ਸਾਧ ਸੰਗਤ ਜੀ ਸੇਠ ਰਹਿੰਦਾ ਸੀ, ਜਿਹਨੇ ਥੋੜ੍ਹੀ ਜਿਹੀ ਫੌਜ ਵੀ ਆਪਣੇ ਕੋਲ ਰੱਖੀ ਸੀ। ਆਮ ਲੋਕਾਂ ਉੱਤੇ ਉਹ ਹਕੂਮਤ ਕਰਦਾ ਸੀ। ਉਹਨੇ ਮਹਾਰਾਜ ਜੀ ਦਾ ਜਸ ਸੁਣਿਆ ਪਰ ਕਦੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਸੀ ਕੀਤੇ। ਲੋਕ ਉਸ ਸੇਠ ਦਾ ਜਸ ਘੱਟ ਕਰਦੇ ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਤਾਰੀਫ ਜਸ ਵਡਿਆਈ ਜ਼ਿਆਦਾ ਕਰਦੇ। ਉਹ ਜਿਹੜਾ ਸੇਠ ਸੀਗਾ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਸੁਣ ਕੇ ਈਰਖਾ ਕਰਨ ਲੱਗ ਪਿਆ, ਮਨ ਵਿੱਚ ਫੁਰਨਾ ਬਣਾਇਆ। ਲੋਕ ਇਹਨਾਂ ਦਾ ਜਸ ਕਰਦੇ ਹੈ, ਯੋਗੀਆਂ ਦੇ ਕੋਲੋਂ ਉਹਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਵੀ ਇੱਕ ਸੁਣ ਲਿਆ, ਹੋਰ ਉਹਨੂੰ ਈਰਖਾ ਜਾਗੀ। ਕਹਿਣ ਲੱਗਾ ਮੈਂ ਫੜ ਕੇ ਕੈਦ ਵਿੱਚ ਪਾਉਣਾ ਗੁਰੂ ਨਾਨਕ ਸਾਹਿਬ ਜੀ ਨੂੰ। ਮੂਰਖ ਸੀਗਾ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਇੱਕ ਜੁਗਣੋ ਜਾਂ ਟਟਹਿਣਾ ਆਖੇ ਮੈਂ ਸੂਰਜ ਦਾ ਮੁਕਾਬਲਾ ਕਰਨਾ, ਉਹ ਕਦੇ ਵੀ ਮੁਕਾਬਲਾ ਨਹੀਂ ਕਰ ਸਕਦਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕੈਦ ਕਰਨ ਵਾਸਤੇ ਜਦੋਂ ਚੱਲਾ ਫੌਜ ਲੈ ਕੇ, ਘੋੜੀ 'ਤੇ ਚੜ੍ਹਿਆ ਅਤੇ ਘੋੜੀ ਤਰਬਕ ਪਈ ਹੈ, ਘੋੜੀ ਤੋਂ ਹੇਠਾਂ ਡਿੱਗਿਆ, ਪੱਗ ਲੱਥ ਗਈ ਇਹਦੇ ਸਿਰ ਤੋਂ। ਉਸ ਦਿਨ 'ਤੇ ਵਾਪਸ ਘਰ ਆ ਗਿਆ। ਅਗਲੇ ਦਿਨ ਜਦੋਂ ਮਹਾਰਾਜ ਜੀ ਨੂੰ ਕੈਦ ਕਰਨ ਵਾਸਤੇ ਜਾ ਰਿਹਾ ਅਤੇ ਰਸਤੇ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਨੇੜੇ ਹੀ ਪਹੁੰਚ ਗਏ ਹੈ, ਇਹ ਗੁਰੂ ਨਾਨਕ ਸਾਹਿਬ ਦੇ ਲਾਗੇ ਪਹੁੰਚਿਆ ਅਤੇ ਇਹ ਸਾਧ ਸੰਗਤ ਜੀ ਅੰਨਾ ਹੋ ਗਿਆ। ਅੰਨਾ ਹੁੰਦਿਆਂ ਸਾਰ ਹੀ ਇਹਨੂੰ ਮਹਿਸੂਸ ਹੋਇਆ ਜਿਨ੍ਹਾਂ ਨੂੰ ਮੈਂ ਕੈਦ ਕਰਨ ਚੱਲਾਂ ਲੋਕ ਇਹਨਾਂ ਦੀ ਤਾਰੀਫ ਐਵੇਂ ਨਹੀਂ ਕਰਦੇ, ਜ਼ਰੂਰ ਇਹਨਾਂ ਵਿੱਚ ਕੋਈ ਗੱਲਬਾਤ ਹੈ। ਉਹ ਕਰੋੜੀਆ ਸੇਠ ਜਿਹੜਾ ਰੋਣ ਲੱਗਾ। ਨਾਲ ਦੇ ਸਾਥੀਆਂ ਨੇ ਸਮਝਾਇਆ, ਕਹਿਣ ਲੱਗੇ ਅਸੀਂ ਤਾਂ ਤੁਹਾਨੂੰ ਕੱਲ੍ਹ ਹੀ ਕਿਹਾ ਸੀਗਾ ਜਦੋਂ ਤੁਹਾਡੀ ਪੱਗ ਲੱਥੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪੂਰਨ ਹਨ। ਕਰੋੜੀਆ ਸੇਠ ਰੋਂਦਾ ਹੋਇਆ ਵਿਲਕਦਾ ਹੋਇਆ ਇੱਕ ਕਦਮ ਤੁਰਦਾ ਧਰਤੀ 'ਤੇ ਮੱਥਾ ਟੇਕਦਾ, ਫਿਰ ਇੱਕ ਕਦਮ ਤੁਰਦਾ ਧਰਤੀ 'ਤੇ ਮੱਥਾ ਟੇਕਦਾ। ਇਸ ਤਰ੍ਹਾਂ ਇੱਕ ਕਦਮ ਤੁਰਦਾ ਮੱਥਾ ਟੇਕਦਾ ਉਸ ਧਰਤੀ 'ਤੇ ਪਹੁੰਚਿਆ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ। ਆ ਕੇ ਕਰੋੜੀਏ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਸਿਰ ਰੱਖਿਆ, ਮੁਆਫ਼ੀ ਮੰਗੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਮਹਾਰਾਜ ਕਹਿੰਦੇ ਕਰੋੜੀਏ ਰੋ ਨਾ, ਉੱਠ ਕੇ ਬੈਠ। ਉੱਠ ਕੇ ਬੈਠਾ, ਅੱਖਾਂ ਬੰਦ ਕਰਕੇ ਮਹਾਰਾਜ ਕਹਿੰਦੇ ਖੋਲ। ਜਦੋਂ ਉਹਨੇ ਅੱਖਾਂ ਬੰਦ ਕਰਕੇ ਖੋਲੀਆਂ ਤਾਂ ਸਾਧ ਸੰਗਤ ਜੀ ਉਹਨੂੰ ਮੁੜ ਵਿਖਣ ਲੱਗ ਪਿਆ ਜੀ।
ਕੱਲ ਵੀ ਬੇਨਤੀ ਕੀਤੀ ਸੀ, ਅੱਜ ਫਿਰ ਕਹਿ ਕੇ ਲੜੀਵਾਰ ਕਥਾ ਵੱਲ ਆਪਾਂ ਵਧਣਾ। ਗੁਰੂ ਨਾਨਕ ਸਾਹਿਬ ਮਹਾਰਾਜ ਬਹੁਤ ਵੱਡੇ ਹਨ, ਕਿਸੇ ਦੀਆਂ ਅੱਖਾਂ ਠੀਕ ਕਰਨੀਆਂ ਇਹ ਤਾਂ ਮਹਾਰਾਜ ਦੇ ਸਿੱਖ ਹੀ ਕਰ ਦਿੰਦੇ ਆ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਤਾਂ ਬਹੁਤ ਵੱਡੇ ਹਨ। ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਸਤਿਗੁਰੂ ਜੀ ਨੇ ਉਹਦਾ ਭਲਾ ਕੀਤਾ। ਕਰੋੜੀਏ ਸੇਠ ਨੇ ਫਿਰ ਸਾਰੀ ਜ਼ਮੀਨ ਆਖਿਆ, ਮਹਾਰਾਜ ਤੁਸੀਂ ਇੱਥੇ ਨਗਰ ਵਸਾਓ, ਇੱਥੇ ਮਹਾਰਾਜ ਮਕਾਨ ਬਣਵਾਓ, ਸਾਰੀ ਸੇਵਾ ਮੈਂ ਕਰਾਂਗਾ। ਉਹਨੇ ਫਿਰ ਮਿਸਤਰੀ ਸੱਦੇ, ਮਕਾਨ ਬਣਵਾਏ, ਧਰਮਸ਼ਾਲਾ ਬਣਵਾਈ, ਨਗਰ ਬਣ ਗਿਆ। ਕਹਿਣ ਲੱਗਾ ਮਹਾਰਾਜ ਇਹਦਾ ਨਾਮ ਤੁਹਾਡੇ ਨਾਮ 'ਤੇ ਰੱਖਣਾ ਹੈ। ਮਹਾਰਾਜ ਕਹਿੰਦੇ ਨਾ ਭਾਈ, ਸਾਡੇ ਨਾਮ 'ਤੇ ਨਹੀਂ ਨਾਮ ਰੱਖਣਾ, ਇਸ ਨਗਰ ਦਾ ਨਾਮ ਪਰਮੇਸ਼ਰ ਦੇ ਨਾਮ 'ਤੇ ਰੱਖਣਾ ਹੈ। ਅਤੇ ਉਸ ਨਗਰ ਦਾ ਨਾਮ ਰੱਖਿਆ ਸ੍ਰੀ ਕਰਤਾਰਪੁਰ ਸਾਹਿਬ, ਜਿਹਦਾ ਅੱਜ ਕੋਰੀਡੋਰ ਖੁੱਲ੍ਹਿਆ ਹੈ, ਜਿਹਦੇ ਦਰਸ਼ਨਾਂ ਵਾਸਤੇ ਸਿੱਖ ਸੰਗਤਾਂ ਭਾਵਨਾ ਦੇ ਨਾਲ ਜਾਂਦੀਆਂ ਹਨ। ਉਹ ਨਗਰ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਵਸਾਇਆ, ਬੜੀਆਂ ਵੱਡੀਆਂ ਸਿੱਖ ਸੰਗਤਾਂ ਉੱਥੇ ਵੱਡੀ ਗਿਣਤੀ ਵਿੱਚ ਆ ਕੇ ਠਹਿਰਨ ਲੱਗ ਪਈਆਂ। ਕਰੋੜੀ ਸੇਠ ਜਿਹੜਾ ਸੀਗਾ ਉਹ ਵੀ ਮਹਾਰਾਜ ਜੀ ਦੇ ਚਰਨਾਂ 'ਚ ਕੁਝ ਸਮਾਂ ਰਿਹਾ, ਉਹਦੇ ਤੋਂ ਬਾਅਦ ਉਹ ਉੱਥੋਂ ਫਿਰ ਚਲੇ ਗਿਆ। ਮਹਾਰਾਜ ਜੀ ਦੇ ਕੋਲੋਂ ਖੁਸ਼ੀਆਂ ਲੈ ਕੇ ਸਤਿਗੁਰਾਂ ਨੇ ਉਸ ਸੇਠ ਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦਿੱਤੀ, ਸਿਮਰਨ ਦੀ ਦਾਤ ਦਿੱਤੀ, ਭਗਤੀ ਦੀ ਦਾਤ ਦਿੱਤੀ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸੇਵਕਾਂ ਨੂੰ ਆਖਿਆ, ਭਾਈ ਆਪ ਖੇਤੀ ਕਰਨੀ ਹੈ, ਇੱਥੋਂ ਤੱਕ ਕਰਤਾਰਪੁਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਹੱਲ ਚਲਾਏ ਹੈ ਜੀ, ਆਪ ਸਤਿਗੁਰਾਂ ਨੇ ਖੇਤੀ ਕੀਤੀ। ਮਹਾਰਾਜ ਜਦੋਂ ਅੰਨ ਵੱਢਿਆ ਜਾਂਦਾ ਉਹਨੂੰ ਪਸਾਉਂਦੇ ਹੈ, ਆਪ ਲੰਗਰ ਤਿਆਰ ਕਰਾਉਂਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਹੈ। ਸਤਿਗੁਰੂ ਕਹਿਣ ਲੱਗੇ ਇਹ ਨਹੀਂ ਵੀ ਸਵੇਰੇ ਮਿਲਣਾ, ਦੁਪਹਿਰੇ ਮਿਲਣਾ ਅਤੇ ਰਾਤ ਭੋਜਨ ਮਿਲਣਾ ਹੈ, ਸਮਾਂ ਨਹੀਂ ਬੰਨਣਾ, ਕੋਈ ਕਿਸੇ ਵੇਲੇ ਵੀ ਆਵੇ ਉਹਨੂੰ ਉਸੇ ਵੇਲੇ ਲੰਗਰ ਮਿਲੇ ਜੀ। ਹੈ ਤਾਂ ਗੁਰੂ ਘਰ ਦੀ ਇਹੋ ਹੀ ਮਰਯਾਦਾ ਹੈ, ਪਰ ਸਮੇਂ ਦੇ ਨਾਲ ਨਾਲ ਸਾਧਨ ਜਿਹੋ ਜਿਹੇ ਬਣ ਜਾਂਦੇ ਹੈ, ਬੰਦਿਆਂ ਨੇ ਫਿਰ ਗੁਰੂ ਕੇ ਲੰਗਰ ਨੂੰ ਵੀ ਉਸ ਹਿਸਾਬ ਦੇ ਨਾਲ ਛੋਟਾ ਕਰ ਦਿੱਤਾ ਹੈ। ਮਹਾਰਾਜ ਨੇ ਅੱਠੇ ਪਹਿਰ ਦਾ ਹੀ ਲੰਗਰ ਰੱਖਿਆ ਗੁਰੂ ਘਰ ਵਿੱਚ, ਕੋਈ ਵੀ ਆਵੇ ਕਿਸੇ ਵੇਲੇ ਵੀ ਆਵੇ, ਭਾਈ ਇਸ ਥਾਂ 'ਤੇ ਲੰਗਰ ਜਿਹੜਾ ਉਹ ਹਰ ਸਮੇਂ ਤਿਆਰ ਹੀ ਮਿਲਣਾ ਚਾਹੀਦਾ। ਵੱਡੇ ਅਸਥਾਨ ਹਨ ਜਿਹੜੇ ਗੁਰੂ ਘਰਾਂ ਦੇ, ਉੱਥੇ ਅੱਜ ਵੀ ਇਹੋ ਮਰਯਾਦਾ, ਤੁਸੀਂ ਰਾਤ 1 ਵਜੇ ਚਲੇ ਜਾਓ, 2 ਵਜੇ ਚਲੇ ਜਾਓ, 3 ਵਜੇ ਚਲੇ ਜਾਓ, ਲੰਗਰ ਉੱਥੇ ਤਿਆਰ ਹੀ ਮਿਲੇਗਾ ਜੀ। ਗੁਰੂ ਘਰ ਦੀ ਸਭ ਤੋਂ ਵੱਡੀ ਜਿਹੜੀ ਵਿਸ਼ੇਸ਼ਤਾ ਹੈ, ਸਭ ਤੋਂ ਪਹਿਲਾਂ ਤਨ ਦੀ ਖੁਰਾਕ ਜਿਹੜੀ ਹੈ ਉਹ ਸਤਿਗੁਰੂ ਜੀ ਦੀ ਕਿਰਪਾ ਨਾਲ, ਮਹਾਰਾਜ ਕਹਿੰਦੇ ਅੱਠੇ ਪਹਿਰ ਹੀ ਇੱਥੇ ਤਿਆਰ ਹੋਣੀ ਚਾਹੀਦੀ ਹੈ। ਸੋ ਉੱਥੇ ਲੰਗਰ ਜਿਹੜਾ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਨੇ ਚਲਾ ਦਿੱਤਾ। ਹੁਣ ਉਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਿੱਚ ਸੁਭਾਏਮਾਨ ਹਨ। ਸੰਗਤ ਜੀ, ਕੱਲ੍ਹ ਵੀ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ, ਆਪਾਂ ਠੀਕ ਹੈ ਆਪਣੇ ਭਾਵ ਨਾਲ, ਕਿਉਂਕਿ ਅੱਜ ਕੱਲ੍ਹ ਸਮਾਂ ਹੀ ਸਾਡੇ ਕੋਲ ਇੰਨਾ ਥੋੜ੍ਹਾ ਹੋ ਗਿਆ, ਹੋਰ ਗੱਲਾਂ ਦਾ, ਫੇਸਬੁੱਕ ਦਾ, ਵਟਸਐਪ ਦਾ, ਸਾਰੀਆਂ ਚੀਜ਼ਾਂ ਵਾਸਤੇ ਸਮਾਂ ਹੈ, ਪਰ ਸ੍ਰੀ ਕਰਤਾਰਪੁਰ ਸਾਹਿਬ ਕਹਿਣ ਵਾਸਤੇ ਸਮਾਂ ਨਹੀਂ ਹੈ। ਆਪਾਂ ਕਰਤਾਰਪੁਰ ਇਕੱਲਾ ਕਹਿਣ ਨੂੰ ਤਿਆਰ ਹੈ, ਕਰਤਾਰਪੁਰ ਜਾਣਾ ਹੈ, ਭਾਵਨਾ ਵਾਲੇ ਕਰਤਾਰਪੁਰ ਸਾਹਿਬ ਕਹਿ ਦਿੰਦੇ ਹੈ, ਪਰ ਮਹਾਰਾਜ ਨੇ ਉਸ ਨਗਰ ਦਾ ਨਾਮ ਸ੍ਰੀ ਕਰਤਾਰਪੁਰ ਸਾਹਿਬ ਰੱਖਿਆ। ਔਰ ਤੁਸੀਂ ਅੰਦਾਜ਼ਾ ਲਾਓ, ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਕਹਿੰਦਾ ਉਹਦਾ ਕਹਿਣ ਵਿੱਚ ਹੀ ਭਲਾ ਹੋ ਜਾਂਦਾ। ਕਿਉਂ? ਕਿਉਂਕਿ ਕਰਤਾਰ ਨਾਮ ਪਰਮੇਸ਼ਰ ਦਾ ਹੈ। ਸੋ ਨਗਰ ਦਾ ਨਾਮ ਲੈਂਦਿਆਂ ਹੀ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਲਿਆ ਜਾਂਦਾ ਕਿਸੇ ਨਾ ਕਿਸੇ ਬਹਾਨੇ। ਮਹਾਰਾਜ ਕਹਿੰਦੇ ਆ ਸਿੱਖਾਂ ਅੰਦਰ ਯਾਦ ਬਣੀ ਰਹੇ। ਸਤਿਗੁਰੂ ਨੇ ਨਗਰ ਦਾ ਨਾਮ ਸ੍ਰੀ ਕਰਤਾਰਪੁਰ ਸਾਹਿਬ ਰੱਖਿਆ, ਅਤੇ ਜਦੋਂ ਇੱਕ ਸਿੱਖ ਕੋਲੋਂ ਨਗਰ ਦਾ ਨਾਮ ਰਖਾਇਆ ਅਤੇ ਸਿੱਖ ਨੇ ਸਤਿਗੁਰਾਂ ਦੇ ਨਗਰ ਨਾਮ 'ਤੇ ਨਗਰ ਦਾ ਨਾਮ ਰੱਖਿਆ। ਮੇਰੇ ਕਹਿਣ ਦਾ ਭਾਵ ਹੈ, ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਬਾਬਾ ਜੀ ਰੁਹੇਲਾ ਨਗਰ ਵਸਾਇਆ, ਨਾਮ ਕੀ ਰੱਖਣਾ ਹੈ? ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ, ਮਹਾਰਾਜ ਜਿਸ ਅਸਥਾਨ 'ਤੇ ਤੁਸੀਂ ਬੈਠੇ ਹੋ
ਸੱਚੇ ਪਾਤਸ਼ਾਹ ਉਸ ਸਥਾਨ ਦਾ ਨਾਮ ਤੁਹਾਡੇ ਨਾਮ 'ਤੇ ਹੀ ਹੋਣਾ ਚਾਹੀਦਾ ਹੈ। ਸ਼੍ਰੀ ਹਰਗੋਬਿੰਦਪੁਰ ਸਾਹਿਬ ਨਾਮ ਰੱਖਿਆ ਸੀਗਾ। ਬਾਬਾ ਬਿਧੀ ਚੰਦ ਸਾਹਿਬ ਬੜੇ ਖੁਸ਼ ਹੋਏ, ਗੁਰੂ ਹਰਗੋਬਿੰਦ ਸਾਹਿਬ ਬੜੇ ਪ੍ਰਸੰਨ ਹੋਏ ਅਤੇ ਫਿਰ ਬਾਬਾ ਬਿਧੀ ਚੰਦ ਕਹਿਣ ਲੱਗੇ, ਵਾਹ ਬਾਬਾ ਜੀ, ਜਿਹੜਾ ਸ਼੍ਰੀ ਹਰਗੋਬਿੰਦਪੁਰ ਆਖੇਗਾ, ਮਹਾਰਾਜ ਦਾ ਨਾਮ ਸਤਿਕਾਰ ਨਾਲ ਲਿਆ ਜਾਏਗਾ, ਸ਼ਹਿਰ ਦਾ ਨਾਮ ਲੈਂਦਿਆਂ ਲੈਂਦਿਆਂ ਹੀ ਬੰਦੇ ਦਾ ਭਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਪੂਰਾ ਨਾਮ ਲੈਂਦਿਆਂ ਹੀ ਸਾਧ ਸੰਗਤ ਜੀ ਬੰਦੇ ਦਾ ਭਲਾ ਹੋ ਜਾਂਦਾ ਹੈ। ਕਿਸੇ ਨਾ ਕਿਸੇ ਤਰੀਕੇ ਨਾਲ ਇਸ ਜੀਵ ਤੋਂ ਪਰਮੇਸ਼ਰ ਦਾ ਨਾਮ ਲਿਆ ਜਾਵੇ। ਇਸੇ ਕਰਕੇ ਜਦੋਂ ਮਹਾਰਾਜ ਨੇ ਦੋ ਸਿੰਘਾਂ ਨੂੰ ਮਿਲਣ ਵਾਸਤੇ ਆਖਿਆ ਅਤੇ ਮਹਾਰਾਜ ਕਹਿੰਦੇ, ਭਾਈ ਫਤਿਹ ਬੁਲਾਉਣੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਵਾਰ ਮੁੱਖ 'ਤੇ ਵਾਹਿਗੁਰੂ ਸ਼ਬਦ ਆ ਗਿਆ। ਜਾਂ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜਦੋਂ ਕੋਈ ਸਿੱਖ ਇੱਕ ਦੂਜੇ ਨੂੰ ਮਿਲਦੇ ਸਨ ਉਦੋਂ ਸੱਤ ਕਰਤਾਰ ਕਹਿੰਦੇ ਸਨ, ਇਹ ਵੀ ਪਰਮੇਸ਼ਰ ਦਾ ਨਾਮ ਹੈ। ਸੱਤ ਸ੍ਰੀ ਅਕਾਲ ਕਹਿੰਦੇ ਹੈ, ਇਹ ਵੀ ਪਰਮੇਸ਼ਰ ਦਾ ਨਾਮ ਹੈ। ਗੁਰੂ ਘਰ ਵਿੱਚ ਕਿੱਡੀ ਸੋਹਣੀ ਜੁਗਤ ਦਿੱਤੀ ਹੈ, ਬਾਕੀ ਧਰਮਾਂ ਵਿੱਚ ਐਸਾ ਨਹੀਂ ਹੈ। ਹਿੰਦੂ ਵੀਰ ਮਿਲਦੇ ਹੈ ਉਹ ਨਮਸਤੇ ਕਹਿੰਦੇ ਹੈ, ਨਮਸਕਾਰ ਕਹਿੰਦੇ ਹੈ, ਪਰ ਪਰਮੇਸ਼ਰ ਦਾ ਨਾਮ ਨਹੀਂ ਆਉਂਦਾ। ਪਰ ਜਦੋਂ ਗੁਰੂ ਕੇ ਸਿੱਖ ਮਿਲਦੇ ਹੈ ਉਹ ਫਤਿਹ ਬੁਲਾਉਂਦੇ ਹੈ, ਉਹ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੈ, ਉਹ ਸਤ ਕਰਤਾਰ ਕਈ ਪ੍ਰੇਮ ਨਾਲ ਵੀ ਆਖੀ ਜਾਂਦੇ ਹੈ। ਇਹਦਾ ਕੀ ਹੈ? ਇਹ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਹੈ। ਸੋ ਚਾਹੀਦਾ ਇਹ ਹੈ, ਤੁਸੀਂ ਜਦੋਂ ਵੀ ਆਪਣੀ ਜ਼ਿੰਦਗੀ 'ਚ ਨਾਮ ਲੈਣਾ, ਮਹਾਰਾਜ ਦੀ ਕਥਾ ਸੁਣ ਰਹੇ ਹੋ, ਸ਼੍ਰੀ ਕਰਤਾਰਪੁਰ ਸਾਹਿਬ ਆਖਿਆ ਕਰੋ, ਸਤਿਕਾਰ ਦੇ ਨਾਲ ਨਾਮ ਲਿਆ ਕਰੋ। ਤੁਸੀਂ ਵੇਖਿਓ, ਇੰਨਾ ਕੁ ਕੰਮ ਬੰਦਾ ਕਰਨਾ ਸ਼ੁਰੂ ਕਰਦੇ, ਜ਼ਿੰਦਗੀ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਂਦੀ ਹੈ, ਕਮੀਆਂ ਮੁੱਕਣੀਆਂ ਸ਼ੁਰੂ ਹੋ ਜਾਂਦੀਆਂ। ਸੋ ਮਹਾਰਾਜ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸੁਭਾਏਮਾਨ ਹਨ, ਖੂਬ ਲੰਗਰ ਚੱਲਦਾ। ਸੋ ਅੱਗੋਂ ਹੁਣ ਆਪਾਂ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਤੋ ਕਰਮ ਕਾਂਡੀ ਇੱਕ ਦਿਜਬਰ, ਸਤਿਗੁਰ ਢਿੱਗ ਆਇਓ ਤਬ ਚੱਲ ਕਰ। ਉੱਧਰ ਜਦੋਂ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਸੁਭਾਏਮਾਨ ਹੈ, ਇੱਕ ਕਰਮ ਕਾਂਡੀ ਦਿਜਬਰ ਬ੍ਰਾਹਮਣ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੁਣ ਕੇ ਸਤਿਗੁਰੂ ਜੀ ਦੇ ਕੋਲ ਆਇਆ ਜੀ। ਹਾਂਜੀ। ਆਨ ਅਸ਼ੀਰਵਾਦ ਕੋ ਲੀਨੋ, ਭੂਖ ਬਿਖੈ ਸੋ ਹੁਤੋ ਅਧੀਨੋ। ਆ ਕੇ ਮਹਾਰਾਜ ਨੂੰ ਅਸ਼ੀਰਵਾਦ ਕੀਤੀ ਜੀ ਇਹਨੇ ਜੀ। ਜਿਹੜੇ ਬ੍ਰਾਹਮਣ ਸਨ ਨਾ ਸੰਗਤ ਜੀ, ਉਹ ਆਪਣਾ ਅਧਿਕਾਰ ਸਮਝਦੇ ਸਨ ਅਸ਼ੀਰਵਾਦ ਦੇਣ ਦਾ ਜੀ, ਅਤੇ ਉਹ ਹਰ ਇੱਕ ਨੂੰ ਅਸ਼ੀਰਵਾਦ ਦਿੰਦੇ ਹੁੰਦੇ ਸੀਗੇ। ਆ ਕੇ ਉਹਨੇ ਆਪਣੀ ਮਰਿਆਦਾ ਕੀਤੀ ਅਤੇ ਭੁੱਖ ਬੜੀ ਲੱਗੀ ਸੀ ਉਸ ਬ੍ਰਾਹਮਣ ਨੂੰ। ਹਾਂਜੀ। ਤੇਹ ਸ਼ਿਨ ਦੇਖ ਰਸੋਈ ਤਿਆਰੀ, ਦਿਜ ਸੋ ਸ਼੍ਰੀ ਗੁਰੂ ਗਿਰਾ ਉਚਾਰੀ। ਉਸ ਸਮੇਂ ਉਹਨੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਲੰਗਰ ਵੇਖਿਆ ਜੀ, ਤਿਆਰ ਹੁੰਦਾ, ਅਤੇ ਗੁਰੂ ਸਾਹਿਬ ਮਹਾਰਾਜ ਜਾਣਗੇ ਵੀ ਬ੍ਰਾਹਮਣ ਨੂੰ ਭੁੱਖ ਲੱਗੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਬ੍ਰਾਹਮਣ ਨੂੰ ਕਹਿਣ ਲੱਗੇ, ਹਾਂਜੀ, ਸ਼ੁਧਾ ਆਹੈ ਜੇ ਉਧਰ ਮਝਾਰਾ, ਅਚੋ ਆਹਾਰ ਬਣਿਓ ਅਬ ਤਿਆਰਾ। ਮਹਾਰਾਜ ਕਹਿਣ ਲੱਗੇ, ਭਾਈ ਭੋਜਨ ਤਿਆਰ ਹੈ, ਪ੍ਰਸ਼ਾਦਾ ਤਿਆਰ ਹੈ, ਅਤੇ ਜੇ ਤੁਹਾਨੂੰ ਭੁੱਖ ਲੱਗੀ ਹੈ ਤੇ ਪ੍ਰਸ਼ਾਦਾ ਛਕ ਲਓ। ਦਿਜ ਬੋਲਿਓ, ਹਉ ਖਾਤ ਨਾ ਐਸੀ, ਬਿਨ ਸੰਜਮ ਭਾ ਭੋਜਨ ਜੈਸੀ। ਤੇ ਬ੍ਰਾਹਮਣ ਮਹਾਰਾਜ ਗਰੀਬ ਨਵਾਜ ਜੀ ਨੂੰ ਕਹਿਣ ਲੱਗਾ, ਕਹਿੰਦਾ ਮੈਂ ਤੇ ਨਹੀਂ ਇਸ ਤਰੀਕੇ ਨਾਲ ਛਕਦਾ, ਮੈਂ ਤੇ ਨਹੀਂ ਛਕਦਾ, ਮੈਂ ਤੇ ਮਰਿਆਦਾ ਵਾਲਾ ਭੋਜਨ ਛਕਦਾ, ਇਹ ਭੋਜਨ ਮਰਿਆਦਾ ਦੇ ਨਾਲ ਨਹੀਂ ਬਣਿਆ ਹੋਇਆ। ਹਾਂਜੀ। ਕਰਮ ਕਾਂਡ ਕੇ ਮੈਂ ਅਨੁਸਾਰਾ, ਅਤ ਸੁੱਚ ਸੋ ਨਿਤ ਕਰੋ ਆਹਾਰਾ। ਕਹਿਣ ਲੱਗਾ ਮੈਂ ਸੁੱਚਤਾ ਦੇ ਨਾਲ ਭੋਜਨ ਛਕਦਾ, ਵਧੀਆ ਮਰਿਆਦਾ ਦੇ ਨਾਲ ਬਣਿਆ ਹੋਵੇ ਉਹ ਭੋਜਨ ਮੈਂ ਛਕਦਾ, ਮੈਂ ਇਸ ਤਰ੍ਹਾਂ ਦਾ ਭੋਜਨ ਨਹੀਂ ਖਾਂਦਾ ਜੀ। ਸੰਗਤ ਜੀ ਇੱਕ ਗੱਲ ਦਾ ਧਿਆਨ ਦੇਣਾ,
ਕਈ ਬੰਦਿਆਂ ਦੇ ਉੱਤੇ ਸੁਚਮਤਾ ਜਿਹੜੀ ਹੈ ਉਹ ਬੋਝ ਬਣ ਜਾਂਦੀ ਹੈ। ਆਪਣੇ ਜੀਵਨ ਵਿੱਚ ਸੁਚਤਾ ਚਾਹੀਦੀ ਹੈ, ਸੁੱਚ ਵੀ ਚਾਹੀਦੀ ਹੈ, ਸੰਜਮ ਵੀ ਚਾਹੀਦੀ ਹੈ। ਸੁੱਚ ਸ਼ਬਦ ਵੱਖਰਾ ਅਤੇ ਸੰਜਮ ਸ਼ਬਦ ਵੱਖਰਾ ਹੈ। ਸੁੱਚ ਕੀ ਹੈ ਕਿ ਜਿਹੜਾ ਪ੍ਰਸ਼ਾਦਾ ਛਕਣਾ ਉਹ ਪਵਿੱਤਰਤਾਈ ਦੇ ਨਾਲ ਬਣਿਆ ਹੋਵੇ। ਇਹ ਨਹੀਂ ਵੀ ਵਿੱਚੇ ਜੂਠ ਮੀਠ ਚੱਲੀ ਜਾਵੇ ਅਤੇ ਬੰਦਾ ਉਹ ਭੋਜਨ ਛਕੀ ਜਾਵੇ। ਅਤੇ ਸੰਜਮ ਕੀ ਹੈ? ਸੰਜਮ ਦਾ ਛਕਣਾ ਕੰਟਰੋਲ ਦੇ ਨਾਲ ਛਕਣਾ, ਮਰਜ਼ਾਦਾ ਦੇ ਨਾਲ ਛਕਣਾ। ਉਂਝ ਜਿੰਨਾ ਬੰਦਾ ਖਾਂਦਾ ਹੈ ਇੰਨੀ ਖਾਣ ਦੀ ਲੋੜ ਨਹੀਂ ਹੁੰਦੀ, ਬੰਦਾ ਐਵੇਂ ਵਾਧੂ ਹੀ ਛਕੀ ਜਾਂਦਾ, ਵਾਧੂ ਛਕੀ ਜਾਂਦਾ। ਸੰਜਮ ਦੇ ਨਾਲ ਛਕਣਾ ਅਤੇ ਸੁਚਤਾ ਦੇ ਸਹਿਤ ਛਕਣਾ। ਜਿਸ ਮਹਾਂਪੁਰਖ ਦਾ ਅੱਜ ਜਨਮ ਦਿਨ ਹੈ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਮਹਾਂਪੁਰਖ ਸਾਧ ਸੰਗਤ ਜੀ, ਉਹ ਵੀ ਮਰਜ਼ਾਦਾ ਰੱਖਦੇ ਸਨ, ਪਰ ਸੁਚਤਾ ਨੂੰ ਬੋਝ ਨਹੀਂ ਬਣਨ ਦੇਣਾ। ਇਹ ਨਹੀਂ ਗੁਰੂ ਦੇ ਲੰਗਰ ਉੱਤੇ ਹੀ ਕਿੰਤੂ ਕਰੀ ਜਾਣੀ ਹੈ, ਇਹਨੇ ਗੁਰੂ ਦੇ ਲੰਗਰ ਉੱਤੇ ਹੀ ਕਿੰਤੂ ਕਰਤੀ। ਕਹਿਣ ਲੱਗਾ ਮੈਂ ਤਾਂ ਇਸ ਤਰ੍ਹਾਂ ਪ੍ਰਸ਼ਾਦਾ ਨਹੀਂ ਛਕਦਾ, ਮੈਂ ਤਾਂ ਬੜੀ ਸੁਚਤਾ ਦੇ ਨਾਲ ਆਪ ਤਿਆਰ ਕਰਕੇ ਛਕਦਾ। ਹਾਂਜੀ, ਧਰਨੀ ਕਹੋ ਖੁਨ ਕੈ ਇੱਕ ਹਾਥਾ, ਚੌਂਕਾ ਦੇਵੋ ਗੋਬਰ ਸਾਥਾ। ਕਹਿਣ ਲੱਗਾ ਗੁਰੂ ਜੀ ਮੇਰੀ ਮਰਿਆਦਾ ਸੁਣ ਲਓ, ਇੱਕ ਹੱਥ ਧਰਤੀ ਪੁੱਟਦਾ ਆ ਮੈਂ, ਧਰਤੀ ਨੂੰ ਪੁੱਟ ਕੇ ਫਿਰ ਉੱਥੇ ਗੋਬਰ ਦਾ ਗੋਹੇ ਦਾ ਪੋਚਾ ਫੇਰਦਾ ਆਪ। ਹਾਂਜੀ, ਆਨੋ ਆਪਣੇ ਕਰ ਸੋ ਬਾਰੀ, ਸਭ ਸਮਾਧਾਂ ਸਿਉ ਲਿਹੋ ਪਖਾਰੀ। ਫਿਰ ਜਿਹੜਾ ਮੈਂ ਜਲ ਲਿਆਉਂਦਾ, ਪਾਣੀ ਵਰਤਦਾ, ਉਸ ਪਾਣੀ ਨੂੰ ਮੈਂ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ, ਪਾਣੀ ਮੈਂ ਆਪ ਲਿਆਉਂਦਾ ਵਾਂ। ਉਹ ਪਾਣੀ ਲਿਆ ਕੇ ਪਹਿਲਾਂ ਉਸ ਪਾਣੀ ਨਾਲ ਬਾਲਣ ਨੂੰ ਧੋਨਾ, ਗੱਜ ਕੇ ਆਖੋ ਵਾਹਿਗੁਰੂ, ਲੱਕੜਾਂ ਨੂੰ ਧੋਨਾ, ਇਹ ਤਾਂ ਹੁਣ ਹੱਦ ਹੀ ਹੈ ਨਾ। ਪਹਿਲਾਂ ਲੱਕੜਾਂ ਗਿੱਲੀਆਂ ਕਰਕੇ ਫਿਰ ਸੁਕਾਊਗਾ ਜੀ ਉਹਨਾਂ ਨੂੰ, ਫਿਰ ਹੀ ਉਹ ਬਲਣਗੀਆਂ ਜੀ। ਕਹਿਣ ਲੱਗਾ ਫਿਰ ਮੈਂ ਬਾਲਣ ਧੋਨਾ ਉਹਦੇ ਨਾਲ। ਹਾਂਜੀ, ਸਰਬ ਅੰਨ ਚੁਣ ਕਰੋ ਸਵਾਰੀ, ਫਿਰ ਮੈਂ ਅੰਨ ਸਾਰਾ ਆਪ ਚੁਣਦਾ ਆ, ਸਾਰਾ ਅੰਨ ਚੈੱਕ ਕਰਦਾ। ਹਾਂਜੀ, ਨਿਜ ਕਰ ਸੰਗ ਆਹਾਰ ਤਿਆਰੀ, ਫਿਰ ਆਪਣੇ ਹੱਥਾਂ ਨਾਲ ਭੋਜਨ ਤਿਆਰ ਕਰਦਾ ਮੈਂ ਆਪਣੇ ਹੱਥਾਂ ਨਾਲ ਜੀ। ਹੁਣ ਉੱਧਰੋਂ ਬੰਦੇ ਨੂੰ ਇੰਨੀ ਭੁੱਖ ਲੱਗੀ ਹੋਵੇ, ਉੱਧਰੋਂ ਇਹ ਕੰਮ ਕਰਨੇ ਪੈਣ, ਮੇਰੇ ਵਰਗੇ ਦੀ ਤਾਂ ਜਾਨ ਹੀ ਨਿਕਲਦੇ ਜੀ ਭੁੱਖ ਦੇ ਨਾਲ, ਏਡਾ ਔਖਾ ਕੰਮ ਜੀ। ਹਾਂਜੀ, ਉਚਿਤ ਅਚਨ ਕੇ ਹੋਵੇ ਤਬ ਹੀ, ਫਿਰ ਮੇਰੇ ਖਾਣ ਦੇ ਯੋਗ ਹੁੰਦਾ ਜੀ। ਫਿਰ ਦੁਬਾਰਾ ਧਿਆਨ ਨਾਲ ਸੁਣਿਓ, ਪਹਿਲਾਂ ਇੱਕ ਹੱਥ ਧਰਤੀ ਪੁੱਟਣੀ, ਫਿਰ ਉਹਨੂੰ ਪੋਚਾ ਫੇਰਨਾ, ਆਪ ਪਾਣੀ ਲਿਆਉਣਾ, ਉਹ ਬਾਲਣ ਤਿਆਰ ਕਰਨਾ, ਫਿਰ ਅੰਨ ਸਾਫ਼ ਕਰਨਾ, ਫਿਰ ਆਪ ਹੱਥਾਂ ਨਾਲ ਤਿਆਰ ਕਰਨਾ ਅਤੇ ਫਿਰ ਖਾਣਾ ਜੀ। ਬੜਾ ਔਖਾ ਕੰਮ ਹੈ ਜੀ। ਹਾਂਜੀ, ਕਰੀ ਜੇ ਬਿਦ ਬਨ ਆਵਹਿ ਸਭ ਹੀ, ਤੁਮਰੀ ਕਰੀ ਨਾ ਹਮਰੇ ਕਾਜੂ। ਅਤੇ ਤੁਹਾਡਾ ਭੋਜਨ ਬਣਾਇਆ ਹੋਇਆ ਮੇਰੇ ਖਾਣ ਦੇ ਯੋਗ ਨਹੀਂ ਹੈਗਾ, ਕਹਿਣ ਲੱਗੇ ਮੇਰੇ ਖਾਣ ਦੇ ਯੋਗ ਨਹੀਂ ਹੈਗਾ, ਮੈਂ ਇਹ ਭੋਜਨ ਨਹੀਂ ਛਕ ਸਕਦਾ। ਸੁਣ ਕਰ ਭਨਿਓ ਗਰੀਬ ਨਿਵਾਜੂ, ਮਹਾਰਾਜ ਗਰੀਬ ਨਿਵਾਜ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਬ੍ਰਾਹਮਣ ਨੂੰ ਫਿਰ ਕਹਿਣ ਲੱਗੇ। ਹਾਂਜੀ, ਸ਼ੁਸ਼ਕ ਅੰਨ ਹੇ ਦਿਜਬਰ ਲੀਜੈ, ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਬ੍ਰਾਹਮਣ ਜੀ, ਅਸੀਂ ਕਿਸੇ ਦੀ ਮਰਜ਼ਾਦਾ ਨਹੀਂ ਤੋੜਦੇ, ਗੱਜ ਕੇ ਆਖੋ ਵਾਹਿਗੁਰੂ। ਵੱਡਿਆਂ ਦਾ ਵੱਡਾ ਹੀ ਸੁਭਾਅ ਹੁੰਦਾ, ਮੇਰੇ ਵਰਗਾ ਹੋਵੇ ਪਹਿਲਾਂ ਤਾਂ ਉਹਨੂੰ 100 ਵਾਰ ਗਲਤ ਆਖੇ ਜੀ, ਗਲਤ ਆਖੇ ਅਤੇ ਫਿਰ ਉਹਨੂੰ ਕੋਈ ਉਹਦਾ ਪ੍ਰਬੰਧ ਕਰੇ ਜੀ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਅਸੀਂ ਕਿਸੇ ਦੀ ਮਰਿਆਦਾ ਨਹੀਂ ਤੋੜਦੇ, ਮਰਿਆਦਾ ਨਹੀਂ ਖਰਾਬ ਕਰਦੇ। ਅਤੇ ਜਿਹੜੇ ਅੰਦਰ ਅੰਦਰ ਨਾਲ ਜੁੜੇ ਹੁੰਦੇ ਆ ਨਾ, ਉਹ ਇਹਨਾਂ ਗੱਲਾਂ ਤੋਂ ਗੁਰੇਜ ਕਰਦੇ ਹੈ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਉਹਨਾਂ ਕੋਲ ਕੋਈ ਵੀ ਆ ਜਾਂਦਾ, ਉਹਨਾਂ ਉਹੋ ਜਿਹੀ ਮਰਿਆਦਾ ਕਰਕੇ ਅਗਲੇ ਨੂੰ ਪ੍ਰਸ਼ਾਦਾ ਦੇਣਾ ਜੀ, ਛਕਣ ਨੂੰ ਜੀ। ਕੋਈ ਸਰਬ ਲੋਹੀਆ ਆ ਜਾਂਦਾ, ਉਹਨੇ ਉਹਨਾਂ ਮਹਾਂਪੁਰਖਾਂ ਸਰਬ ਲੋਹ 'ਚ ਛਕਾਉਣਾ। ਜੇ ਕੋਈ ਖੁੱਲ੍ਹੇ ਪੈਰੇ ਵਾਲਾ ਆ ਜਾਣਾ, ਉਹਨੂੰ ਖੁੱਲ੍ਹੇ ਪੈਰੇ ਦਾ ਛਕਾ ਦੇਣਾ। ਜੇ ਕੋਈ ਕਵੇ ਮੈਂ ਖੂਹ ਦੇ ਜਲ ਨਾਲ ਇਸ਼ਨਾਨ ਕਰਦਾ, ਸਿੰਘਾਂ ਨੂੰ ਭੇਜਣਾ, ਸਿੰਘੋ ਜਾਓ ਖੂਹ 'ਚੋਂ ਜਲ ਲਿਆ ਕੇ ਇਸ ਸਿੰਘ ਦਾ ਇਸ਼ਨਾਨ ਕਰਾਓ। ਜੇ ਕੋਈ ਹੋਰ ਮਤ ਵਾਲਾ ਆ ਜਾਂਦਾ, ਉਹਨੂੰ ਉਹੋ ਜਿਹੀ ਮਤ ਦੇ ਨਾਲ ਕਰਨਾ ਡੀਲ ਜੀ। ਇਹ ਮਹਾਂਪੁਰਖਾਂ ਦੇ ਗੁਣ ਹੁੰਦੇ ਹੈ, ਕਿੰਤੂ ਪਰੰਤੂ ਨਹੀਂ ਕਰਦੇ। ਗੱਲ ਵੀ ਕਹਿ ਜਾਂਦੇ ਹੈ
ਅਗਲੇ ਨੂੰ ਸਮਝਾ ਵੀ ਦਿੰਦੇ ਹੈ ਪਰ ਉਹਦਾ ਮਨ ਵੀ ਨਹੀਂ ਤੋੜਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ, ਤੁਸੀਂ ਸਾਡੇ ਕੋਲ ਸੁੱਕਾ ਅੰਨ ਲੈ ਲਓ ਅਤੇ ਉਹ ਛਕ ਲਓ। ਮਹਾਰਾਜ ਕਹਿੰਦੇ ਆਪ ਬਣਾ ਕੇ ਛਕ ਲਓ। ਹਾਂਜੀ, ਲੀਨੋ ਸੀਧਾ ਤਬ ਦਿਜ ਬਰਸੋ, ਅਤੇ ਅੰਨ ਜਿਹੜਾ ਸੀਗਾ ਉਹ ਬ੍ਰਾਹਮਣ ਨੇ ਫਿਰ ਸੁੱਕੀ ਰਸਦ ਲੈ ਲਈ ਮਹਾਰਾਜ ਕੋਲੋਂ। ਸਤਿਗੁਰੂ ਕਹਿਣ ਲੱਗੇ ਭਾਈ ਲਿਆਓ, ਅਸੀਂ ਆਪਣੇ ਹੱਥਾਂ ਨਾਲ ਦਿੰਦੇ ਹਾਂ। ਸਤਿਗੁਰੂ ਨੇ ਆਪਣੇ ਹੱਥਾਂ ਨਾਲ ਉਸ ਬ੍ਰਾਹਮਣ ਨੂੰ ਉਹ ਰਸਦ ਦਿੱਤੀ ਸੁੱਕੀ ਜੀ। ਹਾਂਜੀ, ਖੋਦਣ ਲੱਗਾ ਧਰਨ ਨਿਜ ਕਰਸੋ, ਤੇ ਧਰਤੀ ਆਪਣੇ ਹੱਥ ਨਾਲ ਪੁੱਟਣ ਲੱਗਾ ਜੀ ਉਹ ਬ੍ਰਾਹਮਣ ਦੀ। ਹਾਂਜੀ, ਨਿਕਸੇ ਅਸਤ ਸ਼ੋਰ ਤਿਸ ਥਾਈ, ਤੇ ਮਹਾਰਾਜ ਦੀ ਕਲਾ ਵਰਤ ਗਈ ਗੱਤ ਕੇ। ਆਖੋ ਵਾਹਿਗੁਰੂ, ਉਹਨੇ ਧਰਤੀ ਪੁੱਟੀ ਜੀ। ਅਜੇ ਇੱਕ ਹੱਥੀ ਪੁੱਟਦਾ ਨਾ ਜੀ ਉਹ ਇੱਕ ਹੱਥੀ ਪੁੱਟੇ ਤੇ ਥੱਲੋਂ ਹੱਡੀ ਨਿਕਲ ਆਈ ਜੀ। ਉਹਦੇ ਮਨ ਚ ਆਇਆ ਨਹੀਂ ਇਹ ਥਾਂ ਪਵਿੱਤਰ ਨਹੀਂ ਹੈਗੀ, ਹੋਰ ਥਾਂ ਮੈਂ ਜਾ ਕੇ ਵੇਖਦਾ। ਹਾਂਜੀ, ਖੋਦਣ ਲੱਗੇ ਉਹ ਅਪਰ ਥਲ ਜਾਈ, ਉਹ ਹੋਰ ਥਾਂ ਜਾ ਕੇ ਪੁੱਟਣ ਲੱਗ ਪਿਆ ਜੀ। ਹਾਂਜੀ, ਨਿਕਸੇ ਅਸਤ ਸੋ ਜਾਨ ਅਪਾਵਨ, ਜਿੱਥੇ ਦੂਜੀ ਥਾਂ ਜਾ ਕੇ ਉਹਨੇ ਥਾਂ ਪੁੱਟੀ ਉਥੋਂ ਵੀ ਹੱਡੀਆਂ ਨਿਕਲ ਆਈਆਂ ਜੀ, ਉਥੋਂ ਵੀ ਹੱਡੀਆਂ ਨਿਕਲ ਆਈਆਂ। ਤੇਹੇ ਗਾਇਓ ਔਰ ਹੀ ਥਾਵਨ, ਉਹ ਕਹਿਣ ਲੱਗਾ ਇਹ ਵੀ ਥਾਂ ਨਹੀਂ ਪਵਿੱਤਰ। ਬ੍ਰਾਹਮਣ ਅਗਲੀ ਥਾਂ ਤੇ ਗਿਆ ਜੀ, ਉਹ ਪੁੱਟਣ ਲੱਗ ਪਿਆ। ਹਾਂਜੀ, ਜਹਾਂ ਖੁਨ ਹੈ ਤਹ ਅਸਤੀ ਨਿਕਲੇ, ਪਰ ਉਹ ਜਿੱਥੋਂ ਪੁੱਟੇ ਉਥੋਂ ਹੀ ਹੱਡੀਆਂ ਨਿਕਲ ਆਉਣ ਜੀ, ਜਿੱਥੋਂ ਪੁੱਟੇ ਉਥੋਂ ਹੱਡੀਆਂ ਨਿਕਲ ਆਉਣ ਜੀ। ਹਾਂਜੀ, ਹੇਰ ਹੇਰ ਨਰ ਤੇ ਕੋ ਬਿਕਸੈ, ਉਹ ਲੋਕ ਵੀ ਵੇਖ ਵੇਖ ਹੈਰਾਨ ਹੋਣ, ਤੇ ਬ੍ਰਾਹਮਣ ਦਾ ਤੇ ਟਿਕਾਣਾ ਹੀ ਨਹੀਂ ਰਿਹਾ ਜੀ ਹੈਰਾਨਗੀ ਦਾ, ਕਮਾਲ ਹੋ ਗਈ ਕਹਿਣ ਲੱਗਾ। ਹਾਂਜੀ, ਸਰਬ ਦਿਵਸ ਸੋ ਖੋਦਤ ਰਹਿਓ, ਏਕ ਸ਼ੁਧਾ ਦੀਜੋ ਸ਼ਰਮ ਲਹਿਓ, ਸਾਰਾ ਦਿਨ ਧਰਤੀ ਪੁੱਟਦਾ ਰਿਹਾ ਤੇ ਸਾਰਾ ਦਿਨ ਹੱਡੀਆਂ ਦੇ ਹੀ ਦਰਸ਼ਨ ਕਰਦਾ ਰਿਹਾ ਜੀ, ਸਾਰਾ ਦਿਨ ਹੱਡੀਆਂ ਹੀ ਨਿਕਲਦੀਆਂ ਰਹੀਆਂ ਥੱਲੋਂ। ਹੁਣ ਇੱਕ ਤੇ ਭੁੱਖ ਲੱਗੀ ਸੀ ਪਹਿਲਾਂ ਹੀ, ਤੇ ਦੂਜਾ ਮਿਹਨਤ ਬੜੀ ਕਰਨੀ ਪਈ ਜੀ, ਹੋਰ ਥਕਾਵਟ ਹੋ ਗਈ ਜੀ। ਹਾਂਜੀ, ਭਾਇਓ ਬਿਆਕੁਲ ਆਇਓ ਪ੍ਰਭ ਪਾਸਾ, ਬਿਆਕੁਲ ਹੋ ਗਿਆ ਜੀ, ਐ ਮੁਰਝਾ ਜਾ ਗਿਆ, ਤੇ ਵਿਆਕੁਲ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਆਇਆ ਜੀ। ਬੰਧ ਹੱਥ ਕੀਨੀ ਅਰਦਾਸਾ, ਤੇ ਫਿਰ ਤੇ ਹੱਥ ਹੀ ਜੋੜੇ ਜੀ ਉਹਨੇ ਆ ਕੇ ਜੀ, ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ। ਹਾਂਜੀ, ਜਹਾਂ ਆਹਾਰ ਤੁਮਾਰੋ ਹੋਏ, ਦੀਜੈ ਮੋਹੇ ਖਾਹੇ ਸੋ ਸੋਏ, ਥੱਕ ਇੰਨਾ ਗਿਆ ਸੀਗਾ, ਕਹਿਣ ਲੱਗਾ ਮਹਾਰਾਜ ਹੁਣ ਜਿਹੜਾ ਵੀ ਲੰਗਰ ਤਿਆਰ ਹੈਗਾ ਉਹੋ ਹੀ ਦੇ ਦਿਓ, ਉਹੋ ਹੀ ਛਕ ਲੈਣਾ ਮੈਂ। ਗੱਜ ਕੇ ਆਖੋ ਵਾਹਿਗੁਰੂ, ਕਿੱਥੇ ਗਿਆ ਧਰਤੀ ਪੁੱਟਣੀ, ਪੋਚਾ ਫੇਰਨਾ, ਆਪਣੇ ਹੱਥਾਂ ਨਾਲ ਜਲ ਲਿਆਉਣਾ, ਬਾਲਣ ਧੋਣਾ, ਫਿਰ ਅੰਨ ਸੁਧਾਰਨਾ, ਫਿਰ ਤਿਆਰ ਕਰਨਾ ਤੇ ਫਿਰ ਖਾਣਾ, ਸਭ ਕੁਝ ਭੁੱਲ ਗਿਆ ਜੀ। ਕਹਿੰਦਾ ਮਹਾਰਾਜ ਜਿਹੜਾ ਵੀ ਤਿਆਰ ਹੈਗਾ ਉਹੋ ਹੀ ਦੇ ਦਿਓ, ਉਹੋ ਹੀ ਛਕ ਲੈਣਾ ਮਹਾਰਾਜ। ਹਾਂਜੀ, ਰਾਵਰ ਮਹਾਂਪੁਰਖ ਗੁਣ ਖਾਨੀ, ਪਰ ਇੱਕ ਗੱਲ ਸਮਝ ਆ ਗਈ ਮਹਾਰਾਜ ਮੈਨੂੰ। ਮਹਾਰਾਜ ਕਹਿੰਦੇ ਭਾਈ ਦੱਸੋ, ਕਹਿਣ ਲੱਗਾ ਮਹਾਰਾਜ ਤੁਸੀਂ ਬੜੇ ਵੱਡੇ ਮਹਾਂਪੁਰਖ ਹੋ। ਕਹਿਣ ਲੱਗਾ ਮਹਾਰਾਜ ਆਪ ਜੀ ਬੜੇ ਵੱਡੇ ਮਹਾਂਪੁਰਖ ਹੋ। ਹਾਂਜੀ, ਮੈਂ ਤੁਮਰੀ ਆਇਸ ਨਹੀਂ ਮਾਨੀ, ਇਹ ਸਾਰਾ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡੀ ਮਰਿਆਦਾ ਨਹੀਂ ਮੰਨੀ, ਵਾਹਿਗੁਰੂ ਮੈਂ ਤੁਹਾਡੀ ਆਗਿਆ ਨਹੀਂ ਮੰਨੀ, ਤੁਸੀਂ ਮੈਨੂੰ ਕਿਹਾ ਸੀ ਛਕੋ ਤੇ ਮੈਂ ਆਖਿਆ ਨਹੀਂ ਮੈਂ ਆਪ ਤਿਆਰ ਕਰਕੇ ਖਾਣਾ। ਹਾਂਜੀ, ਜਾਂ ਤੇ ਖੇਦ ਭਇਓ ਤਨ ਭਾਰੀ, ਇਸ ਕਰਕੇ ਮੈਨੂੰ ਇਹ ਦੁੱਖ ਸਹਿਣਾ ਪੈ ਗਿਆ। ਹਾਂਜੀ, ਅਬ ਮੈਂ ਹਾਂ ਤੁਮਰੇ ਅਨੁਸਾਰੀ, ਪਰ ਹੁਣ ਮਹਾਰਾਜ ਹੁਣ ਮੈਂ ਤੁਹਾਡੀ ਆਗਿਆ ਦੇ ਅਨੁਸਾਰ ਹਾਂ, ਮੈਂ ਤੁਹਾਡੀ ਆਗਿਆ ਦੇ ਅਨੁਸਾਰ ਹਾਂ, ਜਿਵੇਂ ਕਹੋ ਮੈਂ ਉਵੇਂ ਕਰਨ ਨੂੰ ਤਿਆਰ ਹਾਂ। ਸੁਣ ਕੇ ਬੋਲੇ ਬਚਨ ਕਿਰਪਾਲਾ, ਦਿਜ ਜੂ ਬੀਤ ਗਏ ਸੋ ਕਾਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ ਬ੍ਰਾਹਮਣ ਜੀ, ਜਿਸ ਸਮੇਂ ਦੀਆਂ ਤੁਸੀਂ ਗੱਲਾਂ ਕਰਦੇ ਉਹ ਸਮਾਂ ਲੰਘ ਗਿਆ, ਵੀ ਆਪ ਧਰਤੀ ਪੁੱਟਣੀ, ਆਪ ਸਾਰਾ ਕੁਝ ਤਿਆਰ ਕਰਨਾ, ਉਹ ਸਮਾਂ ਬਤੀਤ ਹੋ ਗਿਆ। ਮਹਾਰਾਜ ਕਹਿੰਦੇ ਹਾਂਜੀ, ਅਬ ਮੁਖ ਵਾਹਿਗੁਰੂ ਕਹਿ ਲੀਜੈ, ਅਵਨੀ ਕੋ ਪਾਵਨ ਇਉਂ ਕੀਜੈ। ਮਹਾਰਾਜ ਕਹਿੰਦੇ ਕੋਈ ਨਹੀਂ, ਆਪਣੇ ਹੱਥਾਂ ਨਾਲ ਹੀ ਤਿਆਰ ਕਰੋ ਪ੍ਰਸ਼ਾਦਾ, ਪਰ ਇੱਕ ਕੰਮ ਕਰੋ, ਹੁਣ ਧਰਤੀ ਖੋਦੋਗੇ ਤੇ ਵਾਹਿਗੁਰੂ ਆਖ ਲਿਓ ਇੱਕ ਵਾਰੀ, ਗੱਜ ਕੇ ਆਖੋ ਵਾਹਿਗੁਰੂ, ਇੱਕ ਵਾਰੀ ਵਾਹਿਗੁਰੂ ਆਖ ਲਿਓ। ਮਹਾਰਾਜ ਕਹਿੰਦੇ
ਇਹ ਕੰਮ ਜ਼ਰੂਰ ਕਰਿਓ, ਵਾਹਿਗੁਰੂ ਕਹੋਗੇ ਧਰਤੀ ਪਵਿੱਤਰ ਹੋ ਜਾਏਗੀ ਜੀ। ਨਾਮ ਦਾ ਪ੍ਰਤਾਪ ਹੈ ਸਾਰਾ ਸੰਗਤ ਜੀ, ਨਾਮ ਦਾ ਪ੍ਰਤਾਪ। ਜੇ ਜਿਨ੍ਹਾਂ ਥਾਵਾਂ 'ਤੇ ਨਾਮ ਜਪਿਆ ਜਾਂਦਾ ਨਾ ਜੀ, ਤੁਸੀਂ ਉੱਥੋਂ ਦਾ ਲੰਗਰ ਛੱਕ ਕੇ ਵੇਖ ਲਓ ਅਤੇ ਆਮ ਘਰਾਂ ਦਾ ਲੰਗਰ ਛੱਕ ਕੇ ਵੇਖ ਲਓ, ਬੜਾ ਫਰਕ ਹੋਏਗਾ ਜੀ। ਨਾਮ ਦਾ ਪ੍ਰਤਾਪ ਹੈ, ਨਿਤਨੇਮ ਭਜਨ ਬੰਦਗੀ ਸਿਮਰਨ ਦਾ ਪ੍ਰਤਾਪ ਹੁੰਦਾ ਜੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਅਬ ਮੁਖ ਵਾਹਿਗੁਰੂ ਕਹਿ ਲੀਜੈ ਅਤੇ ਅਬਨੀ ਕੋ ਪਾਵਨ ਇਉਂ ਕੀਜੈ। ਮਹਾਰਾਜ ਕਹਿੰਦੇ ਵਾਹਿਗੁਰੂ ਕਹੋ ਅਤੇ ਧਰਤੀ ਪਵਿੱਤਰ ਕਰ ਲਓ। ਹਾਂਜੀ, ਸਾਜ ਰਸੋਈ ਭੋਜਨ ਕਰੀਏ, ਫਿਰ ਆਪ ਹੀ ਮਹਾਰਾਜ ਕਹਿੰਦੇ ਕੋਈ ਨਹੀਂ, ਤਿਆਰ ਕਰ ਲਓ, ਰਸੋਈ ਤਿਆਰ ਕਰ ਲਓ ਅਤੇ ਫਿਰ ਭੋਜਨ ਬਣਾ ਕੇ ਅਤੇ ਛਕ ਲਿਓ ਮਹਾਰਾਜ ਕਹਿੰਦੇ। ਹਾਂਜੀ, ਸਭ ਹੀ ਹਿਰਦੈ ਭਰਮ ਪਰਹਰੀਏ, ਅਤੇ ਹਿਰਦੇ ਚੋਂ ਭਰਮ ਕੱਢ ਦਿਓ, ਭਰਮ ਕੱਢ ਦਿਓ। ਬੋਝ ਨਹੀਂ ਬਣਨ ਦੇਣਾ ਸੁਚਤਾ ਨੂੰ, ਸੁਚਤਾ ਰੱਖਣੀ ਵੀ ਜ਼ਰੂਰੀ ਹੈ, ਪਰ ਜਿੱਥੇ ਸਤਿਗੁਰੂ ਦੀ ਗੱਲ ਹੋਵੇ ਉੱਥੇ ਇਹਨੂੰ ਬੋਝ ਨਹੀਂ ਬਣਨ ਦੇਣਾ, ਬੋਝ ਨਹੀਂ ਬਣਨ ਦੇਣਾ। ਕਈ ਸਿੰਘ ਸਾਧ ਸੰਗਤ ਜੀ ਵਿਵੇਕ ਰੱਖਦੇ ਹਨ, ਸਿੱਖ ਪੰਥ 'ਚ ਵੀ ਰੱਖਦੇ ਆ, ਬੜੀ ਚੰਗੀ ਗੱਲ ਹੈ। ਮੈਂ ਦਾਸ ਨੇ ਵਿਵੇਕੀ ਸਿੰਘਾਂ ਦੇ ਹੱਥੋਂ ਪ੍ਰਸ਼ਾਦਾ ਛੱਕ ਕੇ ਵੇਖਿਆ ਹੈ, ਬੜਾ ਰਸ ਹੁੰਦਾ ਹੈ, ਬੜਾ ਆਨੰਦ ਹੁੰਦਾ ਹੈ, ਬੜੀ ਬਰਕਤ ਵਾਲਾ ਪ੍ਰਸ਼ਾਦਾ ਹੁੰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਉਪਦੇਸ਼ ਹੈ, ਇਹਨਾਂ ਚੀਜ਼ਾਂ ਨੂੰ ਆਪਣੇ 'ਤੇ ਬੋਝ ਨਹੀਂ ਬਣਨ ਦੇਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਨੇ ਮਾਈ ਦੇ ਹੱਥੋਂ ਪ੍ਰਸ਼ਾਦਾ ਛੱਕ ਲਿਆ ਸੀ ਨਾ ਗਰੀਬਣੀ ਕੋਲੋਂ, ਅਤੇ ਅਗਲੇ ਦਿਨ ਸਿੱਖਾਂ ਦੇ ਹੱਥੋਂ ਨਹੀਂ ਸਗੋਂ ਛਕਿਆ। ਸਿੱਖ ਕਹਿੰਦੇ ਮਹਾਰਾਜ ਮਾਈ ਦੇ ਹੱਥੋਂ ਛਕ ਲਿਆ ਅਤੇ ਸਾਡੇ ਹੱਥੋਂ ਨਹੀਂ ਛਕਿਆ। ਅਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ, ਉਹਦਾ ਕਿਹੜਾ ਪ੍ਰਸ਼ਾਦਾ ਮਰਿਆਦਾ ਨਾਲ ਤਿਆਰ ਹੋਇਆ ਹੋਏਗਾ। ਮਹਾਰਾਜ ਕਹਿੰਦੇ ਭਾਈ, ਜਿੱਥੇ ਪ੍ਰੇਮ ਹੁੰਦਾ ਉੱਥੇ ਨੇਮ ਨਹੀਂ ਵੇਖਿਆ ਜਾਂਦਾ, ਆਪਣੀ ਥਾਂ 'ਤੇ ਨੇਮ ਵੀ ਰੱਖਣਾ ਹੈ, ਆਪਣੀ ਜਗ੍ਹਾ 'ਤੇ ਮਰਜ਼ਾਦਾ ਵੀ ਰੱਖਣੀ ਹੈ, ਪਰ ਜਿੱਥੇ ਪ੍ਰੇਮ ਹੋਵੇ ਉੱਥੇ ਨੇਮ ਨਹੀਂ ਵੇਖਣਾ। ਪ੍ਰੇਮ ਜਹਾਂ ਨੇਮ ਕੈਸੋ ਸੁੰਦਰ ਕਹਿਤ ਯਤੋ, ਪ੍ਰੇਮ ਹੀ ਕੀ ਬਾਤ ਹੈ, ਇਸ ਗੱਲ ਦਾ ਧਿਆਨ ਰੱਖਣਾ ਹੈ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਰੀਬ ਨਿਵਾਜ ਜੀ ਨੇ ਉਹਨੂੰ ਆਖਿਆ, ਮਹਾਰਾਜ ਕਹਿੰਦੇ ਭਰਮ ਦੂਰ ਕਰਦੇ ਸਾਰੇ। ਹਾਂਜੀ, ਤਬ ਹੀ ਦਿਜਨੇ ਆਇਸ ਮਾਨੀ, ਬ੍ਰਾਹਮਣ ਨੇ ਫਿਰ ਆਗਿਆ ਮੰਨੀ ਜੀ, ਜਿਵੇਂ ਮਹਾਰਾਜ ਨੇ ਕਿਹਾ। ਕੀਨ ਰਸੋਈ ਭਰਮ ਕਰ ਹਾਨੀ, ਭਰਮ ਦੂਰ ਕੀਤਾ ਤੇ ਆਪ ਫਿਰ ਲੱਕੜਾਂ ਬਾਲੀਆਂ ਤੇ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਤਿਆਰ ਕੀਤਾ। ਹਾਂਜੀ, ਕਰ ਭੋਜਨ ਕੋ ਜਬ ਢਿੱਗ ਆਇਓ, ਸ਼੍ਰੀ ਗੁਰ ਤਬ ਇੱਕ ਸ਼ਬਦ ਅਲਾਇਓ। ਫਿਰ ਭੋਜਨ ਪ੍ਰਸ਼ਾਦ ਛੱਕ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਰੀਬ ਨਿਵਾਜ ਜੀ ਦੇ ਕੋਲ ਆਇਆ ਜੀ। ਹਾਂਜੀ, ਤਬ ਸ਼੍ਰੀ ਗੁਰ ਇੱਕ ਸ਼ਬਦ ਅਲਾਇਓ, ਜਦੋਂ ਐ ਰੱਜ ਕੇ ਆ ਗਿਆ, ਮਹਾਰਾਜ ਨੇ ਕਿਹਾ ਹੁਣ ਇਹਨੂੰ ਉਪਦੇਸ਼ ਦੇਣ ਦਾ ਟਾਈਮ ਹੈਗਾ ਜੀ। ਕਿਉਂ? ਭੁੱਖੇ ਨੂੰ ਜਿੰਨੀ ਮਰਜ਼ੀ ਕਥਾ ਸੁਣਾਈ ਜਾਓ, ਉਹਨੂੰ ਰੋਟੀਆਂ ਹੀ ਵੇਖਦੀਆਂ ਜੀ, ਉਹਨੂੰ ਨਹੀਂ ਕਥਾ ਸੁਣਦੀ ਜੀ। ਉਹਨੂੰ ਤਾਂ ਹੈਗਾ ਪੇਟ ਨਾ ਪਈਆਂ ਰੋਟੀਆਂ ਅਤੇ ਸਭੇ ਗੱਲਾਂ ਖੋਟੀਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਹੁਣ ਇਹ ਰੱਜ ਗਿਆ ਅਤੇ ਹੁਣ ਇਹ ਸ਼ਬਦ ਸੁਣਨ ਦੇ ਯੋਗ ਹੋ ਗਿਆ ਹੈ। ਸਤਿਗੁਰੂ ਜੀ ਨੇ ਉਸ ਸਮੇਂ ਇੱਕ ਸ਼ਬਦ ਉਚਾਰਿਆ ਜੀ। ਹਾਂਜੀ, ਬਸੰਤ ਮਹੱਲਾ ਪਹਿਲਾ, ਸੋਇਨੇ ਕਾ ਚੌਂਕਾ ਕੰਚਨ ਕੁਆਰ, ਰੁਪੇ ਕੀਆ ਕਾਰਾ ਬਹੁਤ ਵਿਸਥਾਰ, ਗੰਗਾ ਕਾ ਉਦਕ ਕਰਨ ਤੇ ਕੀ ਆਗ, ਗਰੁੜਾ ਖਾਣਾ ਦੁੱਧ ਸਿਉਂ ਗਾੜ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਜਿਹੜਾ ਸ਼ਬਦ ਉਚਾਰਿਆ, ਬਸੰਤ ਰਾਗ ਵਿੱਚ ਸ਼ਬਦ ਉਚਾਰਿਆ, ਬਸੰਤ ਮਹੱਲਾ ਪਹਿਲਾ, ਸੋਨੇ ਕਾ ਚੌਂਕਾ ਕੰਚਨ ਕੁਆਰ। ਗੱਜ ਕੇ ਆਖੋ ਵਾਹਿਗੁਰੂ। ਚੌਂਕਾ ਸੋਨੇ ਦਾ ਹੋ ਜੇ, ਮਹਾਰਾਜ ਕਹਿੰਦੇ ਜਿਹੜਾ ਸੋਨਾ ਨਾ ਜੀ, ਇਹਨੂੰ ਮੈਲ ਨਹੀਂ ਚੜ੍ਹਦੀ ਛੇਤੀ। ਚਾਂਦੀ ਮੈਲੀ ਹੋ ਜਾਂਦੀ ਹੈ, ਹੋਰ ਧਾਤਾਂ ਮੈਲੀਆਂ ਹੁੰਦੀਆਂ, ਸੋਨਾ ਜਿਹੜਾ ਹੈ ਉਹਨੂੰ ਛੇਤੀ ਮੈਲ ਨਹੀਂ ਚੜ੍ਹਦੀ ਜੀ, ਛੇਤੀ ਮੈਲਾ ਨਹੀਂ ਹੁੰਦਾ ਜੀ। ਸ਼ੁੱਧ ਜਿਹੜਾ ਸੋਨਾ ਹੋਵੇ
ਉਹਦਾ ਮਹਾਰਾਜ ਕਹਿੰਦੇ ਚੌਂਕਾ ਹੋਵੇ ਜੀ। ਅਤੇ ਫਿਰ ਮਹਾਰਾਜ ਕਹਿੰਦੇ ਸੋਨੇ ਕਾ ਚੌਂਕਾ ਕੰਚਨ ਕੁਵਾਰ, ਕੰਚਨ ਨਾਮ ਵੀ ਸੋਨੇ ਦਾ ਹੀ ਹੈ ਜੀ, ਕੰਚਨ ਵੀ ਸੋਨੇ ਨੂੰ ਹੀ ਕਿਹਾ ਗਿਆ। ਕੰਚਨ ਨਾਰੀ ਮਹਿ ਜੀਓ ਲੁਭਤ ਹੈ, ਮੋਹ ਮੀਠਾ ਮਾਇਆ। ਚੌਂਕਾ ਵੀ ਸੋਨੇ ਦਾ ਹੋਵੇ ਅਤੇ ਸੋਨੇ ਦੇ ਭਾਂਡੇ ਹੋਣ ਜੀ, ਸੋਨੇ ਦੇ ਭਾਂਡੇ ਹੋਣ ਅਤੇ ਵਲਗਣ ਦੀਆਂ ਚਾਂਦੀ ਦੀਆਂ ਲਕੀਰਾਂ ਹੋਣ ਜੀ। ਵਲਗਣ ਵਾਸਤੇ ਜੀ ਬ੍ਰਾਹਮਣ ਕਰਦੇ ਜੀ ਇਸ ਤਰ੍ਹਾਂ, ਪਹਿਲਾਂ ਲਕੀਰ ਮਾਰਦੇ ਵੀ ਲਕੀਰ ਦੇ ਅੰਦਰ ਨਹੀਂ ਕਿਸੇ ਨੇ ਆਉਣਾ। ਮਹਾਰਾਜ ਕਹਿਣ ਲੱਗੇ ਉਹ ਵਲਗਣ ਵਾਸਤੇ ਚਾਂਦੀ ਦੀਆਂ ਲਕੀਰਾਂ ਮਾਰੀਆਂ ਹੋਣ ਜੀ, ਕਿੰਨਾ ਮਹਿੰਗਾ ਕੰਮ ਹੈ ਅਤੇ ਕਿੰਨਾ ਪਵਿੱਤਰ ਮੰਨਿਆ ਜਾਏਗਾ ਜੀ। ਅਤੇ ਨਾਲ ਮਹਾਰਾਜ ਕਹਿਣ ਲੱਗੇ ਜਿਹੜਾ ਪਾਣੀ ਵਰਤਣਾ ਉਹ ਆਮ ਨਾ ਹੋਵੇ, ਉਹ ਗੰਗਾ ਦਾ ਹੋਵੇ, ਗੰਗਾ ਦਾ ਪਾਣੀ ਹੋਵੇ। ਅਤੇ ਜਿਹੜੀ ਅੱਗ ਹੈ ਉਹ ਯਜਨਾ ਰੁੱਖ ਦੀ ਲੱਕੜ ਦੀ ਹੋਵੇ, ਭਾਵ ਅੱਗ ਵੀ ਆਮ ਲੱਕੜ ਦੀ ਨਾ ਹੋਵੇ, ਬੜੀ ਪਵਿੱਤਰ ਅੱਗ ਹੋਵੇ, ਪਵਿੱਤਰ ਲੱਕੜ ਦੀ। ਅਤੇ ਫਿਰ ਅੱਗੋਂ ਮਹਾਰਾਜ ਕਹਿੰਦੇ ਹੈ ਖਾਣਾ ਦੁੱਧ ਵਿੱਚ ਉਬਲੇ ਹੋਏ ਵਧੀਆ ਚੌਲਾਂ ਦਾ ਹੋਵੇ, ਗੱਜ ਕੇ ਆਖੋ ਵਾਹਿਗੁਰੂ, ਭਾਵ ਏਡਾ ਮਰਿਆਦਾ ਕੀਤੀ ਹੋਵੇ ਸਾਰੀ ਦੀ। ਹਾਂਜੀ, ਰੇ ਮਨ ਲੇਖੈ ਕਬਹੂ ਨਾ ਪਾਏ, ਜਾਮ ਨਾ ਪੀਜੈ ਸਾਚ ਨਾਏ। ਪਰ ਮਹਾਰਾਜ ਕਹਿਣ ਲੱਗੇ ਬ੍ਰਾਹਮਣ ਜੀ, ਜੇ ਤੁਸੀਂ ਨਾਮ ਨਹੀਂ ਜਪਦੇ ਤੇ ਇਹ ਸਾਰਾ ਕੁਝ ਕਿਸੇ ਕੰਮ ਨਹੀਂ ਹੈਗਾ ਜੀ। ਜੇ ਤੁਸੀਂ ਨਾਮ ਨਹੀਂ ਨਾ ਜਪਦੇ ਤੇ ਇਹ ਸਾਰਾ ਕੁਝ ਕਿਸੇ ਲੇਖੇ ਨਹੀਂ ਹੈਗਾ। ਪਿਆਰਿਓ, ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹੋ। ਮਹਾਰਾਜ ਕਹਿੰਦੇ ਪਾਟੇ ਕੱਪੜੇ ਹੋਣ ਤੇ ਟੁੱਟੀ ਝੌਂਪੜੀ 'ਚ ਬੈਠਾ ਹੋਵੇ ਅਤੇ ਵਾਹਿਗੁਰੂ ਵਾਹਿਗੁਰੂ ਜਪਦਾ ਹੋਵੇ, ਉਹਦਾ ਸਾਰਾ ਕੁਝ ਹੀ ਪ੍ਰਵਾਨ ਹੈ ਜੀ। ਅਤੇ ਦੂਜੇ ਪਾਸੇ ਮਹਾਰਾਜ ਕਹਿਣ ਲੱਗੇ ਸੋਨੇ ਦੇ ਬੈੱਡ 'ਤੇ ਬੈਠਾ ਹੋਵੇ, ਜੋ ਖਾਣਾ ਉਹ ਮਿਲੇ, ਪਰ ਜੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਤਾਂ ਕਿਸੇ ਕੰਮ ਨਹੀਂ ਹੈਗਾ ਜੀ। ਸੋਨੇ ਦੇ ਬੈੱਡ 'ਤੇ ਬੈਠਾ, ਮਨ ਇੱਛੇ ਸੁੱਖ ਮਾਣਦਾ, ਕਿਸੇ ਪ੍ਰਕਾਰ ਦੀ ਚਿੰਤਾ ਨਾ ਹੋਵੇ, ਪਰ ਨਾਮ ਨਾ ਜਪਦਾ ਹੋਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਉਸ ਮਨੁੱਖ ਨੂੰ ਗੰਦਗੀ ਦਾ ਕੀੜਾ ਆਖਿਆ ਜੀ। ਕਿੱਥੇ ਗੱਲ ਆਉਂਦੀ ਹੈ, ਇੱਕ ਵਾਰੀ ਪ੍ਰੇਮ ਨਾਲ ਕਹੋ ਵਾਹਿਗੁਰੂ। ਮਨ ਇੱਛੇ ਸੁਖ ਮਾਣਦਾ, ਕਿਛ ਨਾਹੇ ਵਿਸੂਰੇ, ਸੋ ਪ੍ਰਭ ਚਿੱਤ ਨਾ ਆਵਈ ਵਿਸ਼ਟਾ ਕੇ ਕੀੜੇ। ਅਤੇ ਦੂਜੇ ਬੰਨੇ ਸਤਿਗੁਰੂ ਕਹਿੰਦੇ ਆ ਟੁੱਟੀ ਝੌਂਪੜੀ ਹੋਵੇ, ਪਾਟੇ ਕੱਪੜੇ ਹੋਣ, ਉਜਾੜ 'ਚ ਬੈਠਾ ਹੋਵੇ, ਕੋਈ ਰਿਸ਼ਤੇਦਾਰ ਕੋਲ ਨਾ ਆਵੇ, ਪਰ ਮੁੱਖ ਵਿੱਚ ਪਰਮੇਸ਼ਰ ਦਾ ਨਾਮ ਹੋਵੇ। ਸਾਰੀ ਧਰਤੀ ਦਾ ਹੀ ਰਾਜਾ ਹੈ, ਸਾਰੀ ਧਰਤੀ ਦਾ ਹੀ ਰਾਜਾ ਹੈ। ਬਸਤਾ ਟੁੱਟੀ ਝੌਂਪੜੀ, ਚੇਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪ੍ਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਅਤੇ ਅਗਲੀ ਗੱਲ ਸੁਣਿਓ ਗੁਰੂ ਅਰਜਨ ਸਾਹਿਬ ਕੀ ਕਹਿੰਦੇ। ਮਹਾਰਾਜ ਕਹਿੰਦੇ ਐਸੇ ਰੱਬ ਦੇ ਪਿਆਰੇ ਦੀ ਚਰਨਾਂ ਦੀ ਧੂੜ ਜੇ ਮੱਥੇ ਨੂੰ ਲਾਉਣ ਨੂੰ ਮਿਲ ਜੇ ਤੇ ਰੱਬ ਵੀ ਖੁਸ਼ ਹੋ ਜਾਵੇ। ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ। ਗੱਲ ਤੇ ਸੰਗਤ ਜੀ ਸਾਰਾ ਕੁਝ ਲੇਖੇ ਤਾਂ ਪੈਣਾ ਜੇ ਪਰਮੇਸ਼ਰ ਦੀ ਬੰਦਗੀ ਹੈ, ਵਾਹਿਗੁਰੂ ਜੀ ਦੀ ਯਾਦ ਹੈ। ਤੇ ਜੇ ਬੰਦਗੀ ਨਹੀਂ ਹੈਗੀ ਤੇ ਜੋ ਮਰਜ਼ੀ ਕਰੀ ਜਾਵੇ, ਕੁਝ ਨਹੀਂ ਲੇਖੇ ਪੈਣਾ ਜੀ। ਕਰਮ ਕਾਂਡ ਫਿਰ ਲੇਖੇ ਨਹੀਂ ਪੈਂਦਾ ਜੀ। ਰੇ ਮਨ ਲੇਖੈ ਕਬਹੂ ਨਾ ਪਾਏ, ਜਾਮ ਨਾ ਪੀਜੈ ਸਾਚ ਨਾਏ। ਜੇ ਮਨ ਪਰਮੇਸ਼ਰ ਦੇ ਸੱਚੇ ਨਾਮ 'ਚ ਭਿੱਜਦਾ ਹੀ ਨਹੀਂ ਹੈਗਾ ਤੇ ਚੌਂਕਾ ਤੇ ਭਾਵੇਂ ਸੋਨੇ ਦਾ ਹੋਵੇ ਤੇ ਪਾਣੀ ਗੰਗਾ ਦਾ ਹੋਵੇ, ਵਧੀਆ ਹੋਵੇ, ਉਹ ਚੀਜ਼ਾਂ ਛੱਕਦਾ ਹੋਵੇ, ਕੋਈ ਲਾਭ ਨਹੀਂ ਹੈਗਾ, ਕੋਈ ਲਾਭ ਨਹੀਂ ਹੈਗਾ। ਹਾਂਜੀ, ਰਹਾਉ ਦਸ ਅੱਠ ਲਿਖੇ ਹੋਵੇ ਪਾਸ, ਚਾਰੇ ਬੇਦ ਮੁਖ ਅਗਰ ਪਾਠ। ਫਿਰ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਦਸ ਅੱਠ ਲਿਖੇ ਹੋਵੇ ਪਾਸ। ਦਸ ਤੇ ਅੱਠ ਕਿੰਨੇ ਹੁੰਦੇ ਜੀ? ਅਠਾਰਾਂ।
18 ਪੁਰਾਣ ਲਿਖੇ ਹੋਏ ਉਹਦੇ ਕੋਲ ਹੋਣ ਜੀ, ਅਤੇ ਫਿਰ ਚਾਰ ਵੇਦ ਮੁਖਾਗਰ ਪਾਠ, ਚਾਰ ਵੇਦਾਂ ਦਾ ਪਾਠੀ ਹੋਵੇ ਏਡਾ ਗਿਆਨੀ ਹੋਵੇ ਜੀ। ਹਾਂਜੀ, ਪੁਰਬੀ ਨਾਵੈ ਵਰਨਾ ਕੀ ਦਾਤ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਿਉਹਾਰਾਂ 'ਤੇ ਜਾ ਕੇ ਇਸ਼ਨਾਨ ਕਰਦਾ ਹੋਵੇ। ਹਾਂਜੀ, ਵਰਤ ਨੇਮ ਕਰੇ ਦਿਨ ਰਾਤ, ਵਰਤ ਵੀ ਰੱਖਦਾ ਹੋਵੇ ਅਤੇ ਨੇਮ ਵੀ ਦਿਨ ਰਾਤ ਕਰਦਾ ਹੋਵੇ, ਦਾਨ ਪੁੰਨ ਵੀ ਲੋਕਾਂ ਨੂੰ ਕਰਦਾ ਹੋਵੇ। ਕਾਜੀ ਮੁੱਲਾ ਹੋਵਹਿ ਸੇਖ, ਜੋਗੀ ਜੰਗਮ ਭਗਵੇਂ ਭੇਖ। ਇਹ ਕੰਮ ਕਰਨ ਵਾਲਾ ਭਾਵੇਂ ਕਾਜੀ ਹੋਵੇ, ਭਾਵੇਂ ਮੌਲਵੀ ਹੋਵੇ ਅਤੇ ਭਾਵੇਂ ਸ਼ੇਖ ਹੋਵੇ ਅਤੇ ਭਾਵੇਂ ਜੋਗੀ ਹੋਵੇ, ਜੰਗਮ ਹੋਵੇ, ਭਗਵੇਂ ਭੇਖਾਲਾ ਹੋਵੇ। ਹਾਂਜੀ, ਕੋ ਗਿਰਹੀ ਕਰਮਾ ਕੀ ਸੰਧ, ਬਿਨ ਬੂਝੈ ਸਭ ਖੜੀਏ ਸੰਬੰਧ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਵੇਂ ਗ੍ਰਿਸਤੀ ਹੋ ਕੇ ਕਰਮ ਕਾਂਡ ਕਰਨ ਵਾਲਾ ਹੋਵੇ, ਪਰ ਜੇ ਪਰਮੇਸ਼ਰ ਦੇ ਨਾਮ ਨਾਲ ਪਿਆਰ ਨਹੀਂ ਕਰਦਾ, ਬਿਨ ਬੂਝੇ ਸਭ ਖੜੀਏ ਸੰਬੰਧ, ਇਹ ਕਰਮ ਵੀ ਬੰਦੇ ਵਾਸਤੇ ਬੰਧਨ ਬਣ ਜਾਂਦੇ ਜੇ, ਬੰਧਨ ਬਣ ਜਾਂਦੇ। ਸੋ ਮਹਾਰਾਜ ਗਰੀਬ ਨਵਾਜ ਇਹ ਉਪਦੇਸ਼ ਦੇ ਰਹੇ, ਉਹ ਸਮਝ ਰਿਹਾ ਵੀ ਮਹਾਰਾਜ ਮੈਨੂੰ ਹੀ ਆਖ ਰਹੇ ਹੈ, ਪੰਡਿਤ ਨੂੰ ਲੱਗ ਰਿਹਾ ਪਤਾ ਜੀ ਸਾਰੀ ਗੱਲ ਦਾ। ਹਾਂਜੀ, ਜੇਤੇ ਜੀ ਲਿਖੀ ਸਰਕਾਰ, ਕਰਨੀ ਉੱਪਰ ਹੋਵਗ ਸਾਰ। ਬਾਕੀ ਮਹਾਰਾਜ ਨੇ ਅਗਲੋਂ ਗੱਲ ਹੋਰ ਕਰ ਦਿੱਤੀ। ਮਹਾਰਾਜ ਕਹਿੰਦੇ ਜਿੰਨੇ ਜੀਵ ਨੇ ਜੇਤੇ ਜੀ, ਆਪਾਂ ਸਾਰੇ ਜੀ, ਗੱਡ ਕੇ ਆਖੋ ਵਾਹਿਗੁਰੂ, ਆਪਾਂ ਜੀ ਆ ਨਾ ਪਰਮੇਸ਼ਰ ਦੇ, ਜਿੰਨੇ ਵੀ ਹੈ, ਕੋਈ ਆਸਟ੍ਰੇਲੀਆ ਦਾ ਹੋਵੇ, ਕੋਈ ਇੰਗਲੈਂਡ ਦਾ ਹੋਵੇ, ਇਟਲੀ ਦਾ ਹੋਵੇ, ਜਿੱਥੋਂ ਮਰਜ਼ੀ ਦਾ ਹੋਵੇ, ਸਤਿਗੁਰੂ ਕਹਿੰਦੇ ਸਾਰਿਆਂ ਦੇ ਮੱਥੇ ਦੇ ਉੱਤੇ ਕਾਰ ਵਿਹਾਰ ਵਾਹਿਗੁਰੂ ਨੇ ਪਹਿਲਾਂ ਹੀ ਲਿਖੇ ਹੋਏ ਹੈ, ਅਤੇ ਐਵੇਂ ਨਹੀਂ ਲਿਖੇ, ਜਿਹੋ ਜਿਹੇ ਪਿਛਲੇ ਜਨਮਾਂ 'ਚ ਕਰਮ ਕੀਤੇ ਉਵੇਂ ਦੇ ਲਿਖੇ ਹੋਏ ਹੈ। ਜੇਤੇ ਜੀ ਲਿਖੀ ਸਿਰਕਾਰ, ਕਰਨੀ ਉੱਪਰ ਹੋਵਗ ਸਾਰ। ਅਤੇ ਹੁਣ ਜਿਹੋ ਜੇ ਬੰਦਾ ਕਰਮ ਕਰਦਾ ਉਸੇ ਤਰ੍ਹਾਂ ਉਹਦੇ ਨਾਲ ਫੈਸਲਾ ਹੋਏਗਾ ਜੀ। ਹਾਂਜੀ, ਹੁਕਮ ਕਰਹਿ ਮੂਰਖ ਗਾਵਾਰ, ਨਾਨਕ ਸਾਚੇ ਕੇ ਸਿਫਤ ਭੰਡਾਰ। ਮਹਾਰਾਜ ਕਹਿੰਦੇ ਐਵੇਂ ਮੂਰਖ ਹੁਕਮ ਕਰਦਾ ਫਿਰਦਾ ਲੋਕਾਂ ਦੇ ਉੱਤੇ, ਗਵਾਰਪੁਣਾ ਕਰਦਾ, ਹਕੂਮਤਾਂ ਕਰਦਾ ਫਿਰਦਾ, ਆਪਣੇ ਆਪ ਨੂੰ ਸੱਚਾ ਧਾਰਮਿਕ ਖਾ ਕੇ ਦੂਜਿਆਂ ਨੂੰ ਮਾੜਾ ਕਹਿੰਦਾ ਫਿਰਦਾ। ਮਹਾਰਾਜ ਕਹਿੰਦੇ ਨਾ ਭਾਈ, ਉਹਦੀਆਂ ਸਿਫਤਾਂ ਕਰ। ਕਿਉਂ? ਨਾਨਕ ਸਾਚੇ ਕੇ ਸਿਫਤ ਭੰਡਾਰ, ਉਸ ਵਾਹਿਗੁਰੂ ਜੀ ਦੀਆਂ ਸਿਫਤਾਂ ਦੇ ਭੰਡਾਰ ਭਰੇ ਹੋਏ ਹੈ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਰੋਜ਼ ਬਾਣੀ ਪੜ੍ਹਦੇ ਹਾਂ, ਸਿਫਤੀ ਭਰੇ ਤੇਰੇ ਭੰਡਾਰਾ ਭੰਡਾਰਾ। ਅਤੇ ਆ ਸਟੇਜਾਂ 'ਤੇ ਵੇਖੋ, ਕਦੀ ਸੂਰਜ ਪ੍ਰਕਾਸ਼ ਗ੍ਰੰਥ 'ਤੇ ਬੋਲਣ ਲੱਗ ਪੈਂਦੇ ਆ, ਕਦੀ ਹਰਿਮੰਦਰ ਸਾਹਿਬ ਨੂੰ ਬਿਲਡਿੰਗ ਕਹਿਣ ਲੱਗ ਪੈਂਦੇ ਆ, ਕਦੀ ਸਤਿਗੁਰਾਂ ਦੇ ਸਰੋਵਰ ਦੀ ਨਿੰਦਿਆ ਕਰਨ ਲੱਗ ਪੈਂਦੇ ਆ, ਕਦੀ ਕਿਸੇ ਚੀਜ਼ ਦੀ ਨਿੰਦਿਆ ਕਰਨ ਲੱਗ ਪੈਂਦੇ ਆ। ਮਹਾਰਾਜ ਕਹਿੰਦੇ ਮੂਰਖ ਹਨ, ਗਵਾਰ ਹਨ, ਸਭ ਤੋਂ ਉੱਚੀ ਪਰਮੇਸ਼ਰ ਦੀ ਸਿਫਤ ਹੈ ਜੇ ਤੁਹਾਨੂੰ ਭਲੇ ਉਹ ਸਟੇਜ 'ਤੇ ਬੋਲਣ ਦਾ ਮੌਕਾ ਮਿਲ ਹੀ ਗਿਆ ਹੈ ਤਾਂ ਪਰਮੇਸ਼ਰ ਦੀ ਸਿਫਤ ਕਰੋ। ਨਾਨਕ ਸਾਚੇ ਕੇ ਸਿਫਤ ਭੰਡਾਰ, ਉਸ ਪਰਮੇਸ਼ਰ ਦੀ ਸਿਫਤ ਦੇ ਭੰਡਾਰ ਭਰੇ ਪਏ ਹੈ। ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੇ ਕਿਆ ਚਾਰਾ। ਸੋ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਬ੍ਰਾਹਮਣ ਨੂੰ ਗੱਲ ਦੱਸੀ ਜੀ ਵੀ ਤੂੰ ਇੰਨਾ ਕੁਝ ਜੋ ਕਰਦਾ ਫਿਰਦਾ ਤਾਂ ਉਹਦੀ ਸਿਫਤ ਕਰ ਪਰਮੇਸ਼ਰ ਦੀ। ਅਮੀਰ ਕਿਸੇ ਚੰਗੇ ਬੰਦੇ ਕੋ ਕੁਝ ਲੈਣਾ ਉਹਦੇ ਵਾਸਤੇ ਸੰਗਤ ਜੀ ਉਹਦੀ ਸਿਫਤ ਕਰਨੀ ਪਏਗੀ, ਅਤੇ ਪਰਮੇਸ਼ਰ ਕੋਲੋਂ ਤਾਂ ਆਪਾਂ ਸਾਰਾ ਕੁਝ ਹੀ ਲੈਣਾ ਜੀ, ਅਤੇ ਫਿਰ ਪਰਮੇਸ਼ਰ ਦੀ ਕਿਉਂ ਨਾ ਸਿਫਤ ਕਰੀਏ। ਹਾਂਜੀ, ਦੋਹਰਾ ਸੁਣ ਕਰ ਦਿਜਬਰ ਬੰਦ ਕਰ, ਧਰਿਓ ਚਰਨ ਪੁਰ ਸੀਸ। ਜਦੋਂ ਮਹਾਰਾਜ ਨੇ ਸ਼ਬਦ ਪੜ੍ਹਿਆ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰੇ ਮਨ ਲੇਖੈ ਕਬਹੂ ਨਾ ਪਾਏ, ਜਾਮ ਨਾ ਭੀਜੈ ਸਾਚ ਨਾਏ। ਵੀ ਮਨ ਪਰਮੇਸ਼ਰ ਦੀ ਯਾਦ 'ਚ ਭਿੱਜਣਾ ਚਾਹੀਦਾ। ਹੁਣ ਤੁਸੀਂ ਆਪ ਸੋਚਿਓ ਅਤੇ ਮੈਂ ਵੀ ਸੋਚਦਾ ਹਾਂ,
ਜਦੋਂ ਵਾਹਿਗੁਰੂ ਕਰਦੇ ਹਾਂ, ਸੰਗਤ 'ਚ ਬੈਠਦੇ ਹਾਂ, ਨਿਤਨੇਮ ਕਰਦੇ ਹਾਂ, ਪਿਆਰਿਓ ਮਨ ਕਿੰਨਾ ਕੁ ਭਿੱਜਦਾ ਹੈ, ਮਨ ਕਿੰਨਾ ਕੁ ਵਿੱਚ ਜੁੜਦਾ ਹੈ, ਮਨ ਨੂੰ ਰਸ ਆਉਂਦਾ ਹੈ ਕਿ ਨਹੀਂ ਆਉਂਦਾ ਜੀ? ਜੇ ਤਾਂ ਮਨ ਨੂੰ ਰਸ ਆਉਂਦਾ ਹੈ ਫਿਰ ਤਾਂ ਸਭ ਕੁਝ ਲੇਖੇ ਵਿੱਚ ਹੈਗਾ ਜੀ, ਭਾਵ ਪਰਮੇਸ਼ਰ ਨੂੰ ਪ੍ਰਵਾਨ ਹੈ ਜੀ। ਅਤੇ ਮੁੱਖ ਗੱਲ 'ਤੇ ਇਹਦਾ ਜ਼ੋਰ ਦੇਣਾ ਚਾਹੀਦਾ ਵੀ ਸਾਡਾ ਮਨ ਵਾਹਿਗੁਰੂ ਦੇ ਨਾਮ ਵਿੱਚ ਜੁੜੇ, ਰਸ ਆਵੇ। ਜਦੋਂ ਮਹਾਰਾਜ ਗਰੀਬ ਨਵਾਜ ਜੀ ਨੇ ਇਹ ਸ਼ਬਦ ਉਚਾਰਿਆ, ਬ੍ਰਾਹਮਣ ਨੇ ਮਹਾਰਾਜ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ ਜੀ। ਹਾਂਜੀ, ਪਾਇਓ ਸਿੱਖ ਸਤਿਗੁਰੂ ਕੋ ਨਾਮ ਜਪਤ ਜਗਦੀਸ਼। ਉਹ ਮਹਾਰਾਜ ਦਾ ਸਿੱਖ ਹੀ ਬਣ ਗਿਆ ਜੀ ਬ੍ਰਾਹਮਣ, ਅਤੇ ਉਹਨੇ ਇਹੋ ਜਿਹੇ ਸਾਰੇ ਕੰਮ ਹੀ ਛੱਡ ਦਿੱਤੇ ਜੀ। ਮਹਾਰਾਜ ਦਾ ਸਿੱਖ ਬਣ ਗਿਆ ਅਤੇ ਪਰਮੇਸ਼ਰ ਦਾ ਨਾਮ ਜਪਣ ਲੱਗ ਪਿਆ। ਭਾਓ ਭਗਤ ਕੀ ਉਰਲਿਵ ਲਾਗੀ। ਫਿਰ ਉਹਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਜਾਗ ਪਈ ਜੀ, ਵੀ ਪ੍ਰੇਮ ਨਾਲ ਪਰਮੇਸ਼ਰ ਦੇ ਗੁਣ ਗਾਉਣ ਇਹ ਸਭ ਤੋਂ ਉੱਤਮ ਕਾਰਨ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਆ, ਕਹਿੰਦੇ ਵਾਹਿਗੁਰੂ ਨਾਮ ਜਪਣਾ ਪ੍ਰੀਤ ਦੀ ਰੀਤ ਹੈ, ਪਿਆਰ ਦਾ ਕੰਮ ਹੈ। ਹਾਂਜੀ, ਸਤਨਾਮ ਸਿਮਰਨ ਰਤ ਜਾਗੀ। ਪਰਮੇਸ਼ਰ ਦੇ ਸਿਮਰਨ ਦਾ ਪਿਆਰ ਪੈਦਾ ਹੋ ਗਿਆ ਉਹਦੇ ਮਨ 'ਚ। ਹਾਂਜੀ, ਗੁਰ ਕਰੁਣਾ ਕੋ ਪਾਏ ਬਿਸਾਲਾ, ਭਰਮ ਸਰਬ ਨਾਸ਼ਿਓ ਤਤਕਾਲਾ। ਸਤਿਗੁਰੂ ਜੀ ਦੀ ਮਿਹਰ ਹੋਈ, ਮਹਾਰਾਜ ਦੀ ਕਿਰਪਾ ਹੋਈ, ਉਹਦੇ ਸਾਰੇ ਭਰਮ ਨਾਸ ਹੋ ਗਏ। ਗੱਜ ਕੇ ਆਖੋ ਇਸ ਤਰੀਕੇ ਨਾਲ। ਉਹ ਬ੍ਰਾਹਮਣ ਆਇਆ ਤੇ ਸੀ ਕਰਮ ਕਾਂਡੀ ਬਣ ਕੇ, ਪਰ ਸਤਿਗੁਰੂ ਗਰੀਬ ਨਿਵਾਸ ਜੀ ਦੇ ਚਰਨਾਂ 'ਚ ਆ ਕੇ ਗੁਰੂ ਜੀ ਦਾ ਸਿੱਖ ਬਣ ਗਿਆ। ਵਾਹਿਗੁਰੂ ਜੀ ਦੇ ਨਾਮ ਨਾਲ ਉਹਦਾ ਪਿਆਰ ਪੈਦਾ ਹੋ ਗਿਆ ਜੀ, ਸਿਮਰਨ ਕਰਨ ਲੱਗ ਪਿਆ। ਸੋ ਮਹਾਰਾਜ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਜਦੋਂ ਬੰਦਾ ਕਿਸੇ ਮਹਾਤਮਾ ਪੁਰਸ਼ ਕੋਲ ਆਉਂਦਾ ਉਹਦਾ ਭਲਾ ਹੋ ਜਾਂਦਾ। ਮਹਾਂਪੁਰਖਾਂ ਦਾ ਜਨਮ ਦਿਨ ਅੱਜ ਪੰਥ ਮਨਾ ਰਿਹਾ। ਮੈਨੂੰ ਗੁਰਮੁਖਾਂ ਨੇ ਮਹਾਂਪੁਰਖਾਂ ਦਾ ਇੱਕ ਬਚਨ ਸੁਣਾਇਆ, ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ ਵਿੱਚ ਬਹੁਤ ਕੁਝ ਹੁੰਦਾ ਜੇ ਰੁਕ ਜਾਓ। ਪਰਮੇਸ਼ਰ ਦੇ ਪਿਆਰਿਆਂ ਦੀ ਦ੍ਰਿਸ਼ਟੀ 'ਚ ਬਹੁਤ ਕੁਝ ਹੁੰਦਾ ਹੈ। ਸਾਧ ਸੰਗਤ ਜੀ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖ਼ਤ ਦੇ ਉੱਤੇ ਅਕਾਲ ਤਖ਼ਤ ਸਾਹਿਬ, ਇੱਕ ਬੰਦਾ ਅੰਮ੍ਰਿਤ ਛਕਣ ਵਾਸਤੇ ਆਇਆ, ਅਤੇ ਉਹ ਆਇਆ ਆ ਰਿਹਾ ਸੀ ਅਤੇ ਪਰਿਕਰਮਾ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਸਿੰਘਾਂ ਦੇ ਸਮੇਤ ਆ ਰਹੇ ਸਨ। ਅਤੇ ਬੰਦੇ ਦੀ ਸ਼ਰਤ ਸੀਗੀ, ਕਹਿੰਦਾ ਮਹਾਂਪੁਰਖੋ ਮੈਂ ਅੰਮ੍ਰਿਤ ਛਕਣ ਆਇਆ। ਮਹਾਂਪੁਰਖ ਕਹਿੰਦੇ ਬੜੀ ਚੰਗੀ ਗੱਲ ਹੈ। ਕਹਿੰਦਾ ਪਰ ਛਕਣਾ ਤਾਂ ਹੈ ਵੀ ਅੰਮ੍ਰਿਤ ਵੀ ਛਕ ਲਾਂਗਾ ਪਰ ਰੋਜ਼ ਸ਼ਰਾਬ ਵੀ ਪੀਣੀ ਹੈ। ਗੱਜ ਕੇ ਆਖੋ ਇਹੋ ਜਿਹੇ ਵੀ ਬੰਦੇ ਹੈਗੇ। ਅਤੇ ਮੈਂ ਇਹਦੀ ਪਰਮਿਸ਼ਨ ਲੈਣੀ ਹੈ। ਅਤੇ ਹੁਣ ਮਹਾਂਪੁਰਖ ਬਾਣੀ ਪੜ੍ਹਨ ਵਾਲੇ ਸੀਗੇ, ਉਹ ਬਾਰੂ ਮੱਲ ਦੀ ਸਾਖੀ ਪੜ੍ਹ ਲਓ। ਉਹ ਬੀਬੀ ਦੱਸਦੀ ਹੈ ਮਹਾਂਪੁਰਖਾਂ ਨੂੰ ਬਚਪਨ ਤੋਂ ਜਾਣਦੀ ਸੀ। ਤੋ ਬੀਬੀ ਦਾ ਗੱਲ ਲਿਖੀ ਹੈ ਕਿਤਾਬ ਵਿੱਚ। ਬੀਬੀ ਕਹਿੰਦੀ ਹੈ ਸਾਰੀ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ। ਮਹਾਂਪੁਰਖ ਭਜਨ ਕਰਦੇ ਸਨ, ਬੰਦਗੀ ਕਰਦੇ ਸਨ, ਅਭਿਆਸੀ ਬੜੇ ਤਗੜੇ। ਇੰਨੇ ਅਭਿਆਸੀ ਔਰ ਸੰਜਮ ਵਾਲਾ ਜੀਵਨ ਟੁੱਟਾ ਜੋੜਾ ਨਹੀਂ ਸੀ ਲੈ ਰਹੇ ਵੀ ਗੁਰੂ ਘਰ ਦੀ ਮਾਇਆ ਆਪਣੇ ਉੱਤੇ ਨਹੀਂ ਵਰਤਣੀ। ਕਿੰਨਾ ਅਭਿਆਸ ਵਾਲਾ ਜੀਵਨ ਹੋਏਗਾ, ਕਿੰਨਾ ਸੰਜਮੀ ਜੀਵਨ ਹੋਏਗਾ। ਐਵੇਂ ਨਹੀਂ ਜੈ ਜੈਕਾਰਾਂ ਹੁੰਦੀਆਂ, ਪਿੱਛੇ ਕੁਝ ਹੁੰਦਾ। ਅਤੇ ਉਹ ਮਹਾਂਪੁਰਖਾਂ ਨੇ ਉਹਦੇ ਵੱਲ ਦ੍ਰਿਸ਼ਟੀ ਪਾਈ। ਗੱਲ ਪਤਾ ਕਦੋਂ ਬਣਦੀ, ਆਪਾਂ ਕਹਿੰਦੇ ਕੰਮ ਨਹੀਂ ਹੁੰਦੇ, ਕੰਮ ਤਾਂ ਫਿਰ ਮਹਾਂਪੁਰਖ ਮੌਜ 'ਚ ਆ ਕੇ ਕਰ ਦਿੰਦੇ ਆ ਜਦੋਂ ਕਿਸੇ ਦਾ ਕਰਨਾ ਹੋਵੇ। ਦ੍ਰਿਸ਼ਟੀ ਪਾਈ ਉਹਦੇ ਵੱਲ, ਬੜੀ ਗੌਹ ਨਾਲ ਤੱਕਿਆ, ਕਹਿੰਦੇ ਜਾ ਛਕ ਲਾ ਅੰਮ੍ਰਿਤ। ਉਹਨੇ ਅੰਮ੍ਰਿਤ ਛਕ ਲਿਆ ਅਤੇ ਫੁਰਨਾ ਉਹਦਾ ਇਹੋ ਹੀ ਹੈ ਵੀ ਅੰਮ੍ਰਿਤ ਵੀ ਛਕਣਾ ਅਤੇ ਸ਼ਰਾਬ ਵੀ ਪੀਣੀ ਹੈ। ਅਤੇ ਅੰਮ੍ਰਿਤ ਉਹਨੇ ਛਕ ਲਿਆ ਅਤੇ ਘਰ ਗਿਆ, ਅਤੇ ਰੋਜ਼ ਰਾਤ ਦਾ ਨੇਮ ਹੀ ਸੀ ਸ਼ਰਾਬ ਦਾ। ਅਤੇ ਜਦੋਂ ਰਾਤ ਸ਼ਰਾਬ ਪੀਣ ਲੱਗਾ
ਮਨ ਵਿੱਚ ਸੋਚਿਆ ਅੱਜ ਹੀ ਤਾਂ ਅੰਮ੍ਰਿਤ ਛਕਿਆ, ਚੱਲ ਇੱਕ ਦਿਨ ਦਾ ਨਾਗਾ ਪਾ ਲੈਂਦੇ ਹਾਂ। ਉਹ ਅਸਲ ਵਿੱਚ ਅਸਰ ਕਿਹਦਾ ਹੋ ਰਿਹਾ ਸੀ? ਅਸਰ ਉਸ ਗੁਰਮੁਖ ਮਹਾਂਪੁਰਖਾਂ ਦੀ ਦ੍ਰਿਸ਼ਟੀ ਦਾ ਹੋ ਰਿਹਾ ਸੀ। ਦੂਜੇ ਦਿਨ ਫਿਰ ਸੋਚਦਾ, ਕਹਿੰਦਾ ਚੱਲ ਅੱਜ ਫਿਰ ਨਾਗਾ ਪਾ ਲੈਂਦੇ। ਹੌਲੀ ਹੌਲੀ 40 ਦਿਨਾਂ 'ਤੇ ਆ ਗਿਆ ਅਤੇ ਹੌਲੀ ਹੌਲੀ ਦੱਸਦੇ ਕਹਿੰਦੇ ਉਹਨੇ ਛੱਡ ਹੀ ਦਿੱਤਾ ਸਾਰਾ ਕੁਝ। ਅਤੇ ਆਮ ਮੇਰੇ ਵਰਗਾ ਕਵੇ ਹਾਂ ਲੋਕਾਂ ਨੂੰ, ਅਤੇ ਮੇਰੇ ਵਰਗੇ ਦੇ ਬੋਲਣ ਦਾ ਅਸਰ ਨਹੀਂ ਹੋਣਾ, ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਵਰਗੇ ਮਹਾਂਪੁਰਖ ਬੋਲਦੇ ਨਹੀਂ ਸੀ, ਵੇਖ ਕੇ ਹੀ ਬੰਦੇ 'ਤੇ ਅਸਰ ਪਾ ਦਿੰਦੇ ਸੀਗੇ ਜੀ। ਪ੍ਰਤਾਪ ਕਰ ਆ ਜੀ, ਪ੍ਰਤਾਪ ਬੰਦਗੀ ਦਾ, ਬਾਣੀ ਦਾ, ਜਿੰਨੀ ਬਾਣੀ ਪੜ੍ਹਦੇ ਸਨ। ਅਤੇ ਅੱਜ ਨਾ ਸਟੇਜਾਂ 'ਤੇ ਵੀ ਕਈ ਲੋਕ ਐਸੇ ਹਨ ਜਿਹੜੇ ਕਹਿੰਦੇ ਹਨ ਮਹਾਂਪੁਰਖਾਂ ਦਾ ਨਾਮ ਨਾ ਹੀ ਲਿਆ ਜਾਵੇ। ਕਈਆਂ ਅੱਤਵਾਦੀ ਸ਼ੋਅ ਕਰਤਾ ਮਹਾਂਪੁਰਖਾਂ ਨੂੰ, ਪਰ ਪਿਆਰਿਓ ਮਹਾਂਪੁਰਖ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਔਰ ਸਭ ਦਾ ਸਤਿਕਾਰ ਕਰਨ ਵਾਲੇ ਸਨ। ਸਾਰੇ ਧਰਮਾਂ ਨੂੰ ਉਹ ਪਿਆਰ ਕਰਦੇ, ਸਤਿਕਾਰ ਕਰਦੇ ਸਭ ਧਰਮਾਂ ਦਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਦਾ ਸਿੰਘ ਦਾ ਦਸਤੂਰ ਹੀ ਹੈ ਵੀ ਉਹ ਕੱਟੜਤਾ ਤੋਂ ਰਹਿਤ ਹੁੰਦਾ, ਪ੍ਰੇਮ ਨਾਲ ਭਿੱਜਿਆ ਹੁੰਦਾ। ਸੋ ਐਸੇ ਮਹਾਂਪੁਰਖਾਂ ਦੇ ਜਨਮ ਦਿਨ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਮੇਰੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਕਲਗੀਧਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰਨ ਅਤੇ ਮਹਾਂਪੁਰਖਾਂ ਦਾ ਪ੍ਰਤਾਪ ਦਿਨੋਂ ਦਿਨ ਵੱਧਦਾ ਜਾਵੇ, ਵੱਧਦਾ ਜਾਵੇ, ਫਿਰ ਹੀ ਲਾਭ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, 2 ਕੁ ਮਿੰਟ ਗੁਰਮੰਤਰ ਦਾ ਜਾਪ ਕਰ ਲਓ ਫਿਰ ਅਰਦਾਸ ਖਿਮਾ ਮੰਗੇ, ਔਰ ਜੀਵਨ ਕੱਟੜਤਾ ਵਾਲਾ ਨਹੀਂ ਬਣਾਉਣਾ, ਜੀਵਨ ਸਾਧ ਸੰਗਤ ਜੀ ਪ੍ਰੇਮ ਵਾਲਾ ਬਣਾਉਣਾ ਹੈ। ਜਿਵੇਂ ਮਹਾਰਾਜ ਕਹਿ ਰਹੇ ਹੈ, ਜੇ ਹਿਰਦੇ 'ਚ ਪ੍ਰੇਮ ਹੈ, ਮੁੱਖ ਵਿੱਚ ਵਾਹਿਗੁਰੂ ਜੀ ਦਾ ਨਾਮ ਹੈ, ਅਤੇ ਪਿਆਰਿਓ ਸਾਰਾ ਕੁਝ ਲਿਖੇ ਵਿੱਚ ਹੈ। ਜੇ ਨਾਮ ਵਿੱਚ ਪਿਆਰ ਨਹੀਂ ਹੈ ਤਾਂ ਜੋ ਮਰਜ਼ੀ ਬੰਦਾ ਕਰੀ ਜਾਵੇ, ਕੁਝ ਵੀ ਲਿਖੇ ਵਿੱਚ ਨਹੀਂ ਹੈ। ਜਪੋ ਪ੍ਰੇਮ ਨਾਲ, ਵਾਹਿਗੁਰੂ 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 ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ